ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂ ਐਸ ਏ ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 1 ਸਪਤੰਬਰ ਦਿਨ ਵੀਰਵਾਰ ਅਤੇ ਸਾਡੇ ਨਾਲ ਖਬਰ ਅਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਇਹਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜੇਕਰ ਤੁਸੀਂ ਆਰਪ ਦੇ AARP ਦੇ ਮੈਂਬਰ ਹੋ ਤੁਹਾਡਾ ਰੈਕਡ ਕਲੀਨ ਅਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30-40% ਤੱਕ ਤੁਹਾਨੂੰ ਡਿਸਕਾਊਂਟ ਦਵਾ ਸਕਦੇ ਨੇ। ਇਸ ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਆਪ ਦੇ ਮੈਂਬਰ ਬਣਨ ਲਈ ਕਾਲ ਕਰ ਸਕਦੇ ਹੋ 4082722500। ਇਸ ਦੇ ਨਾਲ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਵੋ ਸੰਪਰਕ ਕਰੋ ਨੰਬਰ 408-7226-9698 ਦੇ ਉੱਤੇ। ਮਿੰਟੂ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਰੇ ਹੀ ਸਰੋਤਿਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਸਭਨਾਂ ਨੂੰ ਹੀ ਆਪਾਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਜੀ। ਸਭ ਨੂੰ ਵਧਾਈ ਹੋਵੇ ਜੀ। ਅਤੇ ਆਓ ਹੁਣ ਆਪਾਂ ਖਬਰਾਂ ਦਾ ਜੇ ਸਿਲਸਿਲਾ ਸ਼ੁਰੂ ਕਰੀਏ। ਆਮ ਆਦਮੀ ਪਾਰਟੀ ਜਿਹੜੀ ਆ ਲਗਾਤਾਰ ਕਿਸੇ ਨਾ ਕਿਸੇ ਵਿਵਾਦਾਂ ਦੇ ਵਿੱਚ ਫਸਦੀ ਜਾ ਰਹੀ ਆ। ਹੁਣ ਸੈਕਸ ਟੇਪ ਦੇ ਵਿੱਚ ਫਸੇ ਆਪ ਦੇ ਸਾਬਕਾ ਮੰਤਰੀ ਨੇ ਕਿਹਾ ਮੇਰੇ ਨਾਲ ਧੱਕਾ ਹੋਇਆ। ਦੇਖੋ, ਸਾਡੇ ਇੱਥੇ ਜਿਹੜੀ ਭਾਰਤੀ ਸਿਆਸਤ ਹੈ ਉਹਦੇ ਹੱਥ ਐਟਮੀ ਹਥਿਆਰ ਨੇ, ਕਦੋਂ ਇੱਕ ਧਰਮ ਦਾ ਦੂਜਾ ਫਿਰ ਕਿਹਦਾ ਹੈ, ਉਹ ਸਮੇਂ ਸਮੇਂ ਤੇ ਵਰਤ ਲਿਆ ਜਾਂਦਾ ਹੈ। ਜਦੋਂ ਆਪ ਨੂੰ ਬਚਾਉਣਾ ਹੋਵੇ ਤਾਂ ਵੀ ਵਰਤ ਲਿਆ ਜਾਂਦਾ, ਜੇ ਕਿਸੇ ਨੂੰ ਖੁੱਡੇ ਲੈਣ ਲਾਉਣਾ ਹੋਵੇ ਤਾਂ ਵੀ ਵਰਤ ਲਿਆ ਜਾਂਦਾ ਹੈ। ਜਦੋਂ ਅਜੇ ਮੰਤਰੀ ਸੰਦੀਪ ਕੁਮਾਰ ਹੈ ਜਿਹੜਾ ਕੱਲ ਟੀਪ ਦੇ ਵਿੱਚ ਆਇਆ, ਫਸ ਗਿਆ ਕਸੂਤਾ, ਜਦੋਂ ਕੋਈ ਰਾਹ ਨਹੀਂ ਸੀ ਹੈਗਾ, ਖੀਰ ਕਹਿੰਦਾ ਜੀ ਮੇਰੇ ਤਾਂ ਉੱਥੇ ਧੱਕਾ ਹੋ ਗਿਆ, ਮੈਂ ਤੇ ਦਲਿਤ ਆਦਮੀ ਤੇ ਧੱਕਾ। ਉਹ ਵੀਡੀਓ ਚ ਤੇ ਲੱਗਦਾ ਨੀ ਕਿ ਕੋਈ ਧੱਕਾ ਹੋ ਰਿਹਾ ਹੋਵੇ, ਧੱਕਾ ਤਾਂ ਇਹ ਹੁਣ ਧੱਕੇ ਨਾਲ ਹੀ ਬਣਾਇਆ ਜਾ ਰਿਹਾ ਕਿ ਧੱਕਾ ਹੋਇਆ। ਪਰ ਇੱਕ ਉਹਦਾ ਤਰਕ ਸੀ, ਕਹਿੰਦਾ ਕਿ ਜਿਹੜਾ ਵੀਡੀਓ ਦੇ ਵਿੱਚ ਬੰਦਾ ਆ, ਸੈਕਸ ਟੇਪ ਦੇ ਵਿੱਚ ਬੰਦਾ ਆ, ਉਹ ਥੋੜਾ ਪਤਲਾ, ਮੈਂ ਤੇ ਮੋਟਾ। ਤੇ ਕਿਸੇ ਸੱਜਣ ਨੇ ਕਿਹਾ ਕਿ ਉਹਨਾਂ ਕਿਹਾ ਮੋਟਾ ਹੋਣ ਲਈ ਕਿਹੜਾ ਪਹਾੜਾਂ ਤੇ ਜਾਣਾ ਪੈਂਦਾ, ਬੈਠੇ ਬੈਠੇ ਮੋਟੇ ਹੋ ਜਾਂਦਾ ਮਹੀਨੇ ਦੋ ਮਹੀਨਿਆਂ ਚ ਬੰਦਾ। ਇਹ ਕੋਈ ਤਰਕ ਸੰਗਤ ਗੱਲ ਨਹੀਂ, ਜਾਂ ਤਰਕ ਗੱਲ ਨਹੀਂ ਹੈ। ਪਰ ਉਹਨੇ ਕੀਤੀਆਂ, ਕਹਿੰਦਾ ਜੀ ਮੈਂ ਦਲਿਤ ਹੋਣ ਦੇ ਨਾਤੇ ਫਸਿਆ ਵਾ, ਮੈਨੂੰ ਦਲਿਤ ਸਜ਼ਾ ਮਿਲੀ ਆ, ਮੇਰੇ ਨਾਲ ਧੱਕਾ ਹੋਇਆ। ਹੁਣ ਧੱਕਾ ਉਹਦੇ ਨਾਲ ਕਿਹਨੇ ਕੀਤਾ? ਧੱਕਾ ਤੇ ਅਰਵਿੰਦ ਕੇਜਰੀਵਾਲ ਨੇ, ਫਿਰ ਜਾ ਕਹਿੰਦੇ ਉਹਨੇ ਕੀਤਾ, ਕਿਉਂਕਿ ਉਹਨੇ ਪਾਰਟੀ ਚੋਂ ਕੱਢਿਆ। ਜੇ ਟੇਪ ਉਹਦੇ ਤੱਕ ਪਹੁੰਚੀ ਹੈ, ਜੇ ਉਹਨੇ ਵੇਖ ਕੇ ਨਹੀਂ ਕੱਢਿਆ, ਜੇ ਤੂੰ ਕਹਿੰਦਾ ਕਿ ਮੈਂ ਉਸ ਟੇਪ ਦੇ ਵਿੱਚ ਨਹੀਂ, ਫਿਰ ਅਰਵਿੰਦ ਕੇਜਰੀਵਾਲ ਦਾ ਗੁਨਾਹ ਹੈ। ਪਰ ਅਰਵਿੰਦ ਕੇਜਰੀਵਾਲ ਨੇ ਤੇ ਅੱਜ ਇੱਕ 8-9 ਮਿੰਟ ਦੀ ਵੀਡੀਓ ਬਣਾ ਕੇ ਪਾਈ ਹੈ, ਉਹ ਕਹਿੰਦਾ ਕਿ ਇਹਨੇ ਸਾਡੀ ਲਹਿਰ ਨੂੰ ਬੜਾ ਵੱਡਾ ਧੋਖਾ ਦਿੱਤਾ, ਤੇ ਅਸੀਂ ਜੋ ਕਰ ਸਕਦੇ ਸੀ ਸਾਨੂੰ ਦੁੱਖ ਤੇ ਬਹੁਤ ਹੋਇਆ, ਪਰ ਸਾਡੇ ਕੋਲ ਜੋ ਸਾਦਾ ਪੁੱਜਦਾ ਸੀ ਅਸੀਂ ਕਰ ਦਿੱਤਾ, ਸਾਡੇ ਕੋਲ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਉਹ ਬਰਦਾਸ਼ਤ ਕਰਨ ਦੀ ਕੋਈ ਗੁੰਜਾਇਸ਼ ਨਹੀਂ। ਅੱਜ ਦੂਜੇ ਪਾਸੇ ਸੁੱਚਾ ਸਿੰਘ ਛੋਟੇਪੁਰ ਨੇ ਵੀ ਕੁਝ ਗੱਲਾਂ ਇਹੋ ਜਿਹੀਆਂ ਕਹੀਆਂ ਨੇ ਇਸ ਵਿਸ਼ੇ ਤੇ। ਉਹਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਦੀਆਂ ਕੁੜੀਆਂ ਨੂੰ ਲੈ ਕੇ ਵੀ ਇਹੋ ਜਿਹੀ ਕੋਈ ਟੇਪ ਆ ਸਕਦੀ ਹੈ। ਕਹਿੰਦਾ ਮੈਨੂੰ ਪਤਾ ਲੱਗਿਆ ਕਿ ਇਹ ਜਿਹੜੀ ਇਸ ਟੇਪ ਦੇ ਵਿੱਚ ਦੋ ਕੁੜੀਆਂ ਦੀ ਆਈ ਹੈ ਮੂਵੀ, ਉਹ ਪੰਜਾਬੀ ਕੁੜੀਆਂ ਨੇ। ਆਉਣ ਵਾਲੇ ਦਿਨਾਂ ਚ ਇੱਥੋਂ ਇਹੋ ਜਿਹਾ ਕੁਛ ਵੀ ਨਿਕਲ ਸਕਦਾ ਹੈ ਕਿ ਟਿਕਟਾਂ ਦੇ ਮਾਮਲੇ ਚ ਇਸ ਤਰ੍ਹਾਂ ਦੀ ਕੋਈ ਸਮਝੌਤਾਵਾਦੀ ਚੀਜ਼ ਹੈ ਜਿਹੜੀ ਉਹ ਵੇਖਣ ਨੂੰ ਮਿਲ ਸਕਦੀ ਹੈ, ਸੁੱਚਾ ਸਿੰਘ ਕਹਿ ਰਿਹਾ ਸੀ। ਪਰ ਖੈਰ ਹੁਣ ਦੇਖੋ ਅੱਗੇ ਕੀ ਹੋਣਾ ਹੈ, ਉਹ ਤੇ ਸਮਾਂ ਦੱਸੇਗਾ। ਪਰ ਜੋ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ ਉਹ ਇੱਕ ਟ੍ਰੈਂਡ ਸੈੱਟ ਤਾਂ ਹੈ, ਉਹਨੇ ਸੈੱਟ ਉਦਾਹਰਣ ਤੇ ਜ਼ਰੂਰ ਸੈੱਟ ਕੀਤੀ ਹੈ। ਬੇਸ਼ੱਕ ਇਸ ਕਾਰਵਾਈ ਨੂੰ ਆਪਾਂ ਨਿਭਾਉਣੀ ਕਿਹਾ ਸੀ, ਕਿਉਂਕਿ ਇੱਥੇ ਇਹੋ ਜਿਹੀਆਂ ਉਦਾਹਰਣਾਂ ਨੇ। ਰਾਜ ਕਰਨਵੀਰ ਸਿੰਘ ਜੀ 90 ਦੇ ਦਹਾਕੇ ਦੇ ਵਿੱਚ ਭਾਜਪਾ ਦੇ ਇੱਕ ਚੋਟੀ ਦੇ ਨੇਤਾ ਦੀ ਆਈ ਸੀਗੀ ਇਸੇ ਤਰ੍ਹਾਂ ਦੀ ਸੈਕਸ ਟੇਪ ਇੱਕ ਡਾਂਸਰ ਦੇ ਨਾਲ। ਉਹ ਸਾਲਾ ਭਣਵਈਆ ਪਾਰਟੀ ਚ ਸਨ, ਸਾਲਾ ਭਣਵਈਆ ਪਾਰਟੀ ਚ ਸਨ, ਬਾਅਦ ਦੇ ਵਿੱਚ ਆ ਕੇ ਦੋਵੇਂ ਮਰ ਗਏ ਤੇ ਦੋਵੇਂ ਕੇਂਦਰੀ ਮੰਤਰੀ ਬਣੇ ਸਨ। ਸਾਲਾ ਭਣਵਈਆ ਤੇ ਜਿਹਦੀ ਟੇਪ ਆਈ ਸੀ ਉਹ ਵੀ ਕੇਂਦਰੀ ਮੰਤਰੀ ਬਣਿਆ ਸੀ, ਮੋਦੀ ਦੇ ਮੰਤਰੀ ਮੰਡਲ ਚ ਬਣਿਆ ਸੀ। ਮੰਤਰੀ ਮੰਡਲ ਦੇ ਗਠਨ ਤੋਂ ਕੁਛ ਦਿਨ ਬਾਅਦ ਉਹਦਾ ਦੇਹਾਂਤ ਹੋ ਗਿਆ ਸੀ, ਉਹਦੀ ਮੌਤ ਹੋ ਗਈ ਸੀ, ਪਰ ਉਹਨੂੰ ਫਿਰ ਵੀ ਕੇਂਦਰੀ ਮੰਤਰੀ ਬਣਾਇਆ ਗਿਆ ਸੀ। ਦਿਗਵਿਜੇ ਸਿੰਘ, ਹਾਲਾਂਕਿ ਉਹਨੇ ਸ਼ਾਦੀ ਕਰ ਲਈ ਸੀ ਪੱਤਰਕਾਰ ਦੇ ਨਾਲ, ਪਰ ਉਹਦੀ ਇਸ ਤਰ੍ਹਾਂ ਦੀ ਵਿਵਾਦਤ ਇਹ ਪਾਈ ਹੈ। ਹੋਰ ਤੇ ਹੋਰ ਛੱਡੋ, ਜਿਹੜਾ ਕੱਲ ਆਪਾਂ ਸੰਗੂਰ ਦਾ ਮਾਮਲਾ ਵਿਚਾਰਦੇ ਪਏ ਸਾਂ, ਜਿਹੜਾ ਟਾਟਾ ਵੱਲੋਂ ਜਿਹਨੇ ਕੇਸ ਲੜਿਆ, ਅਭਿਸ਼ੇਕ ਮਨੂ ਸਿੰਘ ਵੀ ਹੈ ਜਿਹੜਾ ਕਾਂਗਰਸ ਦਾ, ਉਹ ਖੁਦ ਇਸ ਟੇਪ ਦਾ ਸ਼ਿਕਾਰ ਹੋਇਆ 2-2.5 ਸਾਲ ਪਹਿਲਾਂ। ਇਸ ਤਰ੍ਹਾਂ ਦੀ ਉਹਦੀ ਟੇਪ ਆਈ ਹੈ,
ਪਰ ਉਹ ਮੈਂਬਰ ਪਾਰਲੀਮੈਂਟ ਆ ਨਾਲੇ ਨਾਲੇ ਕਾਂਗਰਸ ਕਹਿੰਦੀ ਹੈ ਨਾ ਜੀ ਅਸੀਂ ਕਿਸਾਨ ਹਿਤੈਸ਼ੀ ਆ ਅਸੀਂ ਭੂਮੀ ਗ੍ਰਹਿਣ ਬਿੱਲ ਲਈ ਇੱਕ ਲੜਾਈ ਲੜੀ ਹੈ ਤੇ ਉਹ ਰਤਨ ਟਾਟਾ ਹੋਰਾਂ ਦਾ ਵਕੀਲ ਬਣ ਕੇ ਉੱਥੇ ਕਿਸਾਨਾਂ ਦੇ ਵਿਰੁੱਧ ਖੜਾ ਸੀ ਅਭਿਸ਼ੇਕ ਮਨੂ ਸਿੰਘ ਵੀ ਇਸੇ ਰੰਗ ਦਾ ਵਕੀਲ ਉਹਦੀ ਟੇਪ ਵੀ ਆਈ ਹੈ 2-3 ਸਾਲ ਪਹਿਲਾਂ ਪਰ ਇਹ ਜੋ ਅੱਜ ਅਰਵਿੰਦ ਕੇਜਰੀਵਾਲ ਨੇ ਕੀਤਾ ਸੀ ਕਹਿ ਸਕਦੇ ਹਾਂ ਕਿ ਉਹਨੇ ਬਥੇਰਾ ਕਰ ਦਿੱਤਾ ਕਿਉਂਕਿ ਸਾਡੀ ਰਾਜਨੀਤੀ ਦੇ ਕੋਲੋਂ ਤੇ ਇੰਨਾ ਵੀ ਨਹੀਂ ਸਰਦਾ ਪਰ ਮੇਰੇ ਖਿਆਲ ਦੇ ਨਾਲ ਆਪਾਂ ਜੇ ਇਹਨੂੰ ਦੇਖੀਏ ਵਿਸ਼ਾਲ ਦ੍ਰਿਸ਼ਟੀ ਦੇ ਨਾਲ ਦੇਖੀਏ ਤੇ ਇਹ ਬਹੁਤ ਮਾਮੂਲੀ ਜੀ ਕਾਰਵਾਈ ਹੈ ਕਾਰਵਾਈ ਇਸ ਕਰਕੇ ਮਾਮੂਲੀ ਜੀ ਹੈ ਕਿਉਂਕਿ ਕਿਸੇ ਵੀ ਨੁਮਾਇੰਦੇ ਨੂੰ ਜਨਤਾ ਜਿਤਾਉਂਦੀ ਹੈ ਜਿਤਾਉਂਦੀ ਕਾਹਦੇ ਤੇ ਹੈ ਕਿ ਉਹ ਭਰੋਸਾ ਉਹ ਭਰੋਸਾ ਕਰਦੀ ਹੈ ਕਿ ਇਸ ਬੰਦੇ ਦੇ ਹੱਥ ਸਾਡੇ ਭਾਗਾਂ ਦੀ ਵਾਗ ਦੌੜਾਏਗੀ ਇਹ ਸਾਡੇ ਭਾਗਾਂ ਨੂੰ ਸੰਵਾਰੇਗਾ ਉਹ ਭਰੋਸਾ ਹੋ ਗਿਆ ਜਦੋਂ ਜਿੱਤਦਾ ਤੇ ਉਸ ਅਹੁਦੇ ਤੇ ਪਹੁੰਚਦਾ ਉਸ ਅਹੁਦੇ ਤੇ ਬੈਠਣ ਤੋਂ ਪਹਿਲਾਂ ਇੱਕ ਉਹ ਹਲਫ ਲੈਂਦਾ ਹਲਫ ਕੀ ਹੁੰਦਾ ਹੈ ਕਿ ਇਹ ਜੋ ਰੁਤਬਾ ਹੈ ਇਹਦੇ ਨਾਲ ਜੁੜੇ ਕਰਤੱਵ ਫਰਜ਼ਾਂ ਨੂੰ ਮੈਂ ਆਪਣੀ ਨਿਸ਼ਠਾ ਦੇ ਨਾਲ ਨਿਰਵਾਹ ਕਰਾਂਗਾ ਇੱਕ ਭਰੋਸਾ ਹੋ ਗਿਆ ਦੂਸਰਾ ਹਲਫ ਹੋ ਗਿਆ ਇੱਕ ਭਰੋਸਾ ਇੱਕ ਸਹੁੰ ਦੋਵੇਂ ਚੀਜ਼ਾਂ ਦਾ ਜਿਹੜਾ ਕਤਲ ਕਰਦਾ ਉਸ ਅਹੁਦੇ ਤੇ ਬਹਿ ਕੇ ਉਹਦੇ ਖਿਲਾਫ਼ ਇੰਨੀ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਉਹਦੇ ਖਿਲਾਫ਼ ਲੀਗਲ ਕਾਰਵਾਈ ਵੀ ਹੋਣੀ ਚਾਹੀਦੀ ਹੈ ਉਹਦੇ ਤੇ ਅੱਗੇ ਅਗਲੀ ਵਾਰ ਚੋਣ ਲੜਨ ਦੀ ਵੀ ਪਾਬੰਦੀ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਦੀ ਇੱਕ ਮਿਸਾਲ ਹੈ 2-2.5 ਸਾਲ ਪਹਿਲਾਂ ਚਾਈਨਾ ਦੇ ਵਿੱਚੋਂ ਇੱਕ ਮੰਤਰੀ ਦਾ ਇਸੇ ਤਰ੍ਹਾਂ ਦਾ ਸੈਕਸ ਟੇਪ ਆਇਆ ਸੀ ਉਹਨੂੰ 13 ਸਾਲ ਦੀ ਕੈਦ ਕੀਤੀ ਸੀ ਸੋ ਇਹ ਅਹੁਦੇ ਦੀ ਜਿਹੜੀ ਗਰਿਮਾ ਹੈ ਉਹਨੂੰ ਬਚਾਉਣ ਲਈ ਸ਼ਾਇਦ ਸਖ਼ਤ ਕਦਮ ਜਿਹੜੇ ਆ ਭਵਿੱਖ ਦੇ ਵਿੱਚ ਚੁੱਕਣੇ ਪੈਣਗੇ ਜੀ 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 ਅਗਲੀ ਗੱਲ ਕਰੀਏ ਕਿੰਗਰਾ ਹੋਣਾ ਨੇ ਕੀਤੀ ਪ੍ਰੈਸ ਕਾਨਫਰੰਸ ਲਾਏ ਨਵੇਂ ਦੋਸ਼ ਇਹ ਬੋਤਲ ਹੀ ਨਵੀਂ ਹੈ ਸ਼ਰਾਬ ਵਿੱਚ ਇਹਨਾਂ ਦੀ ਪੁਰਾਣੀ ਹੈ ਜੋ ਕੁਛ ਕਹਿੰਦੇ ਆ ਪਿਛਲੇ 3-4 ਹਫ਼ਤਿਆਂ ਤੋਂ ਉਹੀ ਅੱਜ ਕਹਿੰਦਾ ਸੀ ਪ੍ਰੈਸ ਕਾਨਫਰੰਸ ਕਰਾਂਗਾ ਮੈਂ ਸਟਿੰਗ ਜਾਰੀ ਕਰਾਂਗਾ ਸਾਰੇ ਪੱਤਰਕਾਰ ਆਪੋ ਆਪਣੀਆਂ ਘਰਵਾਲੀਆਂ ਨੂੰ ਕਹਿ ਕੇ ਚਲੇ ਗਏ ਕਿ ਸ਼ਾਮ ਨੂੰ ਅਸੀਂ ਕੋਈ ਸਟਿੰਗ ਆਪਰੇਸ਼ਨ ਲੈ ਕੇ ਆਉਣਾ ਸਾਡੀ ਰੋਟੀ ਨੇ ਦੁਪਹਿਰ ਦੀ ਪਕਾਇਓ ਸਾਰੇ ਉੱਥੇ ਪ੍ਰੈਸ ਕਲੱਬ ਦੇ ਵਿੱਚ ਪਹੁੰਚੇ ਹੋਏ ਸਨ ਪਰ ਜਦੋਂ ਉੱਥੇ ਕੱਢਿਆ ਪਟਾਰਾ ਇਹਨਾਂ ਨੇ ਉਹ ਕੱਟਿਆ ਪਹਾੜ ਨਿਕਲਿਆ ਚੂਹਾ ਉਹ ਵੀ ਪੋਲੀਓ ਦਾ ਮਾਰਿਆ ਕੱਖ ਨਹੀਂ ਕੱਢਿਆ ਐਵੇਂ ਲੱਗੇ ਭੱਬੇ ਜੇ ਮਾਰ ਦਿੱਤੇ ਉਹੀ ਗੱਲਾਂ ਜਿਹੜੀਆਂ ਨੇ ਕਹੀਆਂ ਸਨ ਕਿ ਮਾਘੀ ਤੇ ਅਸੀਂ ਇੰਨਾ ਫੰਡ ਇਕੱਠਾ ਕੀਤਾ ਸੀ ਉਹ 23 ਲੱਖ ਰੁਪਇਆ ਦੇ ਕੇ ਆਏ ਸਾਂ ਫਿਰ ਕਹਿੰਦਾ ਜੀ ਉਹਦੇ ਚ 5 ਲੱਖ ਰੁਪਇਆ ਸੀਗਾ ਜਿਹੜਾ ਸੰਜੇ ਸਿੰਘ ਲੈ ਗਿਆ ਉਹ ਬਿਨਾਂ ਗੱਲ ਤੋਂ ਉਹ ਵੀ ਮੈਨੂੰ ਕਿਸੇ ਨੇ ਦੱਸਿਆ ਉਹ ਕਿਸੇ ਦਾ ਨਾਮ ਲਿਆ ਕਿਸੇ ਸੱਜਣ ਦਾ ਤੇ ਉਹਨੇ ਮੈਨੂੰ ਦੱਸਿਆ ਕਿ 5 ਲੱਖ ਤੇ ਸੰਜੇ ਸਿੰਘ ਲੈ ਗਿਆ ਫਿਰ ਉਹਨੇ ਇੱਕ ਹੋਰ 1.5 ਮਿੰਟ ਦੀ ਕਲਿੱਪ ਸੁਣਾਈ ਹੈ ਉਹਦੇ ਚ ਕੋਈ ਬੰਦਾ ਸਪਸ਼ਟ ਰੂਪ ਦੇ ਵਿੱਚ ਕੋਈ ਪ੍ਰਮਾਣਿਤ ਨਹੀਂ ਹੈ ਕੌਣ ਬੋਲ ਰਿਹਾ ਕੌਣ ਨਹੀਂ ਇਹ ਕਹਿੰਦਾ ਕੋਈ ਅਮਰੀਸ਼ ਤ੍ਰਿਖਾ ਹੈ ਇਹ ਉਹ ਬੋਲ ਰਿਹਾ ਤੇ ਨਾਲ ਉਹਦੇ ਕੋਈ ਗੱਲ ਹੋਰ ਪੰਜਾਬ ਦਾ ਸੱਜਣ ਕਰਦਾ ਪਿਆ ਅਮਰੀਸ਼ ਤ੍ਰਿਖਾ ਕਹਿ ਰਿਹਾ ਕਿ ਭਾਈ ਜੇ ਤੁਸੀਂ ਦੁਰਗੇਸ਼ ਪਾਠਕ ਨੂੰ ਮਿਲਣਾ ਇੱਕ ਮੁਲਾਕਾਤ ਦਾ 5 ਲੱਖ ਰੁਪਇਆ ਲੱਗੇਗਾ ਸੋ 5 ਲੱਖ ਰੁਪਈਏ ਚ ਇਹ ਜਿਹੜੀ ਮੁਲਾਕਾਤ ਵਾਲੀ ਗੱਲ ਹੈ ਉਹ ਕਿਸੇ ਦੀ ਵੀ ਹਾਜ਼ਰ ਨਹੀਂ ਆਉਂਦੀ ਕਿ ਕੋਈ ਇਸ ਤਰ੍ਹਾਂ ਦੀ ਤੇ ਕਿਸੇ ਪਾਸੇ ਵੀ ਲੁੱਟ ਨਹੀਂ ਮਚਦੀ ਹੁਣ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਉਹ ਆਵਾਜ਼ ਆ ਜਿਹੜੀ ਉਹ ਵਾਕਈ ਆਵਾਜ਼ ਉਸ ਬੰਦੇ ਦੀ ਜਿਹਦਾ ਨਾਂ ਲਿਆ ਜਾ ਰਿਹਾ ਜੀ ਹੁਣ ਉਹੀ ਰਿਹਾ ਜਿਹਦਾ ਨਾਮ ਲਿਆ ਜਾ ਰਿਹਾ ਯਾਨੀ ਸਪਸ਼ਟ ਕੁਛ ਵੀ ਨਹੀਂ ਹੈ 2-3 ਇਲਜ਼ਾਮ ਕਿੰਗਰਾ ਫੇਰ ਲਾ ਗਿਆ ਉਹਦਾ ਚੰਗਾ ਤੁੱਕਾ ਲੱਗਿਆ ਕਦੇ ਉਹਨੂੰ ਪੱਤਰਕਾਰਾਂ ਨੇ ਖਬਰਾਂ ਦੇ ਵਿੱਚ ਘੱਟੀ ਬਿਠਾਇਆ ਸੀ ਪਰ ਅੱਜ ਉਹਦਾ ਹਾਲ ਇਹ ਹੈ ਕਿ 1-2 ਚੈਨਲ ਸਾਡੇ ਪੰਜਾਬ ਦੇ ਵਿੱਚ ਉਹਨਾਂ ਨੂੰ ਵੇਖ ਕੇ ਤੇ ਐਂ ਲੱਗਦਾ ਕਿ ਸਟੂਡੀਓ ਦੇ ਵਿੱਚ ਉਹਨੂੰ ਕਮਰਾ ਪਾ ਦੇਣਾ ਚਾਹੀਦਾ ਉੱਥੇ ਬਿਠਾਈ ਖੜੇ ਆ 24 ਘੰਟੇ ਉਹ ਕਿੰਗਰਾ ਤੇ ਉਹੀ ਮੁੱਦਾ ਉਹੀ ਤੁੰਤਨੀ ਉਹੀ ਰਾਗ ਸਾਰਾ ਕੁਛ ਉੱਥੇ ਉਹੀ ਚੱਲੀ ਜਾਂਦਾ ਪਰ ਕਿੰਗਰੇ ਤੇ ਸਵਾਲ ਇਹ ਉੱਠਦੇ ਆ ਇਹ ਆਪ ਹੀ ਅੱਜ ਇਹਨੇ ਇੱਕ SMS ਵਿਖਾਇਆ ਕਹਿੰਦਾ ਜੀ ਮੈਂ ਤੇ SMS ਮਾਰਚ ਦੇ ਵਿੱਚ ਕਰ ਦਿੱਤਾ ਸੀ ਕਿ ਮੈਂ ਪਾਰਟੀ ਛੱਡਣੀ ਹੈ ਤੇ ਜਦੋਂ ਤੁਸੀਂ ਮਾਰਚ ਦੇ ਵਿੱਚ ਕਹਿ ਦਿੱਤਾ ਤੁਹਾਨੂੰ ਪਤਾ ਲੱਗ ਗਿਆ ਫਿਰ ਤੁਸੀਂ ਇੱਥੋਂ ਤੱਕ ਕਿਵੇਂ ਆ ਗਏ ਇੰਨੀ ਦੂਰ ਤੱਕ ਤੋਂ ਆ ਗਏ ਦੂਜੀ ਗੱਲ ਇਹ ਖੁਦ ਜਿਹੜੇ ਪੈਸਿਆਂ ਦੇ ਲੈਣ ਦੇਣ ਤੇ ਜਿਹੜੀ ਕਮੇਟੀ ਸੀਗੀ ਉਹਦੇ ਨਾਲ ਜੁੜੇ ਹੋਏ ਸਨ ਤੇ ਜੇ ਤੁਹਾਨੂੰ ਉਦੋਂ ਲੱਗਦਾ ਸੀ ਕਿ ਲੈਣ ਦੇਣ ਦੇ ਵਿੱਚ ਗੜਬੜੀ ਆ ਫਿਰ ਤੁਸੀਂ ਇੱਥੋਂ ਤੱਕ ਇਹ ਬੋਝ ਟੋਕੇ ਆ ਗਏ ਹੋ ਤੁਹਾਨੂੰ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਜਦੋਂ ਤੁਸੀਂ ਵੇਖਿਆ ਉਦੋਂ ਕਿਉਂ ਨੀ ਰੌਲਾ ਪਾਇਆ ਜਦੋਂ ਤੁਹਾਨੂੰ ਬਿਲਕੁਲ ਦਰਕਨਾਰ ਕਰ ਦਿੱਤਾ ਗਿਆ ਜਦੋਂ ਇੱਕ ਰਾਜਨੀਤਿਕ ਚਾਲ ਦੇ ਅਧੀਨ ਅਸਤੀਫਾ ਦੇ ਕੇ ਜੇ ਤੁਸੀਂ ਬਾਹਰ ਆ ਗਏ ਉਦੋਂ ਤੁਹਾਨੂੰ ਸਾਰਾ ਕੁਛ ਦਿਸਣ ਲੱਗ ਗਿਆ ਸੋ ਕਿੰਗਰਾ ਸਾਹਿਬ ਦਾ ਜਿਹੜਾ ਇਹ ਚੱਲਦਾ ਪਿਆ ਆਪਰੇਸ਼ਨ ਇਹ ਬਹੁਤਾ ਕੋਈ ਭਰੋਸੇਯੋਗ ਨਹੀਂ ਆ ਜੀ 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 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਸਵੇਰੇ 9:30 ਵਜੇ ਅਤੇ ਰੋਜ਼ਾਨਾ
ਸ਼ਾਮ ਨੂੰ 8:30 ਵਜੇ ਪੰਜਾਬੀ ਰੇਡੀਓ USA ਦੇ ਉੱਤੇ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ। ਸਾਡੇ ਅੱਜ ਦੇ ਇਸ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਬੁਲੇਟਿਨ ਨੂੰ ਸਪੋਂਸਰ ਕਰਦੇ ਨੇ ਰੇਟ ਬੀਟ ਮੌਰਗੇਜ ਵਾਲੇ। ਕਿਸੇ ਵੀ ਤਰੀਕੇ ਦੀ ਮੌਰਗੇਜ ਜਾਂ ਕਮਰਸ਼ੀਅਲ ਲੋਨ ਦੇ ਲਈ ਤੁਸੀਂ ਅੱਜ ਹੀ ਰੇਟ ਬੀਟ ਮੌਰਗੇਜ ਵਾਲਿਆਂ ਨੂੰ ਕਾਲ ਕਰੋ। ਇਹਨਾਂ ਦਾ ਨੰਬਰ 877-877-7775 877-877-7575। ਅਗਲੀ ਖਬਰ ਵੱਲ ਮਿੰਟੂ ਜੀ, ਜੇ ਆਪਾਂ ਵਧੀਏ ਵੀ ਵਿਸ਼ਵ ਹਿੰਦੂ ਪਰਿਸ਼ਦ ਦੇ ਕੇਂਦਰ ਨੂੰ ਚਿਤਾਇਆ, ਗਊ ਰੱਖਿਅਕਾਂ ਨੂੰ ਤੰਗ ਨਾ ਕਰੋ। ਇਹ ਜਦੋਂ ਨਰਿੰਦਰ ਮੋਦੀ ਪਿਛਲੇ ਕੁਛ ਦਿਨ ਪਹਿਲਾਂ ਪਿਛਲੇ ਬਿਆਨ ਦੇ ਵਿੱਚ ਬੋਲਿਆ ਸੀਗਾ ਕਿ ਜਿਹੜੇ ਗਊ ਰਾਖੇ ਆ ਉਹਨਾਂ ਦੇ ਵਿੱਚੋਂ 80% ਇਹੋ ਜਿਹੇ ਆ ਜਿਹੜੇ ਸਮਾਜ ਵਿਰੋਧੀ ਅਨਸਰ ਆ। ਸਮਾਜ ਵਿਰੋਧੀ ਅਨਸਰ ਤੋਂ ਭਾਵ ਜਿਹੜੇ ਗੁੰਡਿਆਂ ਦੇ ਰੂਪ ਦੇ ਵਿੱਚ ਟੋਲੇ ਬਣਾਈ ਫਿਰਦੇ ਆ। ਸਪਸ਼ਟ ਰੂਪ ਦੇ ਵਿੱਚ ਉਹਦਾ ਅਰਥ ਇਹੋ ਹੀ ਨਿਕਲਦਾ ਸੀ। ਉਦੋਂ ਵੀ ਪ੍ਰਵੀਨ ਤੋਗੜੀਆ ਜਿਹੜਾ ਸੀ ਵੱਟ ਖਾ ਗਿਆ ਸੀ, ਉਹਦੇ ਢਿੱਡ ਚ ਉਦੋਂ ਵੀ ਬੜਾ ਪਿਆ ਸੀ ਕੜਲ। ਕਹਿੰਦਾ ਜੀ ਕਿ ਮੋਦੀ ਨੇ ਸਾਨੂੰ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ, ਸਾਡਾ ਜੀ ਕਰਦਾ ਮਾਰੀ ਜਾਈਏ। ਇਹ ਬਹੁਤ ਸਖਤ ਲਹਿਜਾ ਸੀ ਜਿਹੜਾ ਪ੍ਰਵੀਨ ਤੋਗੜੀਆ ਨੇ ਉਦੋਂ ਵਰਤਿਆ। ਅੱਜ ਵੀ ਪ੍ਰਵੀਨ ਤੋਗੜੀਆ ਜਿਹੜਾ ਵਿਸ਼ਵ ਹਿੰਦੂ ਪਰਿਸ਼ਦ ਦਾ ਮੁਖੀ ਹੈ, ਉਹਨੇ ਨਸੀਹਤ ਦਿੱਤੀ ਹੈ ਕੇਂਦਰ ਨੂੰ। ਕਹਿੰਦਾ ਕਿ ਗਊ ਰੱਖਿਅਕਾਂ ਤੇ ਏਜੰਸੀਆਂ ਨੂੰ ਤੁਸੀਂ ਜਿਹੜਾ ਨਾ ਤੰਗ ਪ੍ਰਸ਼ਨ ਨਾ ਕਰੋ। ਇਹ ਉਹਨੇ ਚੇਤਾਵਨੀ ਦੇ ਤੌਰ ਤੇ ਜਿਵੇਂ ਚੇਤਾਉਂਦੇ ਆਪਾਂ ਕਿ ਬਾਈ ਟਲ ਜਾ, ਉਸ ਲਹਿਜੇ ਨਾਲ ਕਿਹਾ ਕਿ ਬਈ ਇਹ ਤੁਸੀਂ ਕੰਮ ਨਾ ਕਰੋ। ਸਾਨੂੰ ਗਾਂ ਦੇ ਰਾਖਿਅਕ ਆ ਜਿਹੜੇ ਗਊ ਰਾਖੇ ਆ ਜਾਂ ਜਿਹੜੀਆਂ ਉਹਨਾਂ ਦੇ ਨਾਲ ਜੁੜੀਆਂ ਸੰਸਥਾਵਾਂ, ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੋ, ਨਹੀਂ ਤੇ ਬੜੀ ਔਖ ਹੋਵੇਗੀ। ਇਹ ਦੇਖੋ ਸ਼ਬਦ ਭਾਵੇਂ ਬੜੇ ਸਰਲ ਭਾਸ਼ਾ ਦੇ ਵਿੱਚ ਬੋਲੇ ਗਏ, ਹੁਣ ਅਰਥ ਬੜੇ ਡੂੰਘੇ ਰੱਖਦੇ ਆ। ਇੱਕ ਤੇ ਇਹ ਆ ਕਿ ਕਿਤੇ ਨਾ ਕਿਤੇ ਜਿਵੇਂ ਮੋਦੀ ਨੇ ਗਊ ਰਾਖਿਆਂ ਦੀ ਥੋੜੀ ਜਿਹੀ ਹਕੀਕਤ ਬਿਆਨ ਕੀਤੀ ਸੀ, ਹਾਲਾਂਕਿ ਬੋਲਣ ਲੱਗਿਆ ਉਹਨਾਂ ਨੇ ਬਹੁਤ ਲੰਮਾ ਸਮਾਂ ਲੈ ਲਿਆ, ਪੱਥਰ ਜੀ ਚੁੱਪ ਉਹਨਾਂ ਨੇ ਬਹੁਤ ਅੱਗੇ ਆ ਕੇ ਤੋੜੀ। ਪਰ ਇਹ ਜਿਹੜੇ ਆਏ ਸੀਗੇ ਬੋਲ ਨਰਿੰਦਰ ਮੋਦੀ ਦੇ ਜਿਹੜੇ ਗਊ ਰਾਖਿਆਂ ਦੇ ਉਲਟ, ਉਹਨਾਂ ਬਿਆਨਾਂ ਦੇ ਉਲਟ ਇਹਨਾਂ ਬਿਆਨਾਂ ਦਾ ਆਉਣਾ, ਔਰ ਉਹ ਵੀ ਲਗਾਤਾਰ, ਇਹਦਾ ਅਰਥ ਇਹ ਹੈ ਕਿ ਇਹ ਗਊ ਰਾਖਿਆਂ ਦੀ ਪਿੱਠ ਤੇ, ਇਹ ਉਹਨਾਂ ਦਾ ਹੌਸਲਾ ਮਨੋਬਲ ਹੈ ਜਿਹੜਾ ਉਹ ਟੁੱਟੇ ਨਾ, ਉਹਦੀ ਕੋਸ਼ਿਸ਼ ਦੇ ਵਿੱਚ ਆ ਕਿ ਨਰਿੰਦਰ ਮੋਦੀ ਤੇ ਐਵੇਂ ਕਹਿਤਾ ਜੀ ਦੀ ਲੋੜ ਸੀ, ਸਮੇਂ ਦੀ ਲੋੜ ਸੀ, ਸਿਆਸਤ ਦੀ ਲੋੜ ਸੀ, ਕੋਈ ਡਰ ਭੈ ਦੀ ਲੋੜ ਨਹੀਂ। ਦੂਜੀ ਗੱਲ, ਪ੍ਰਵੀਨ ਤੋਗੜੀਆ ਜਿਵੇਂ ਲਗਾਤਾਰ ਇਹਦੀਆਂ ਗੱਲਾਂ ਕੱਟਦਾ ਜਾਂਦਾ ਹੈ ਤੇ ਉਹਦੇ ਤੋਂ ਜਿਹੜੀ ਇੱਕ ਅੱਗੇ ਗੱਲ ਨਿਕਲ ਕੇ ਆਉਂਦੀ ਹੈ ਕਿ ਕਿਸੇ ਸਮੇਂ ਨਰਿੰਦਰ ਮੋਦੀ ਸੀ ਜਿਹੜਾ ਉਹ ਪ੍ਰਵੀਨ ਤੋਗੜੀਆ ਦਾ ਪਿਛਾਕੜ ਸੀ। ਪਿਛਾਕੜ ਦਾ ਅਰਥ ਕਿ ਉਹਦਾ ਪਿਛਲਾ ਹਾਲੀ ਸੀ, ਪਿੱਛੇ ਪਿੱਛੇ ਤੁਰਿਆ ਫਿਰਦਾ ਸੀ, ਦੱਸਦੇ ਸੀ ਉਹਦੇ ਨੂੰ ਮੋਟਰਸਾਈਕਲ ਨਹੀਂ ਸੀ ਚਲਾਉਣਾ ਆਉਂਦਾ, ਉਹਦੇ ਪਿੱਛੇ ਬੈਠਾ ਸ਼ਹਿਰ ਘੁੰਮਦਾ ਹੁੰਦਾ ਸੀ, ਟਿਕੜੀ ਹੁੰਦੀ ਸੀ, ਇੱਕ ਸੰਜੇ ਜੋਸ਼ੀ ਹੁੰਦਾ ਸੀ। ਇਹ ਨਰਿੰਦਰ ਮੋਦੀ ਬਾਅਦ ਦੇ ਵਿੱਚ ਆਪਣੀਆਂ ਗੋਟੀਆਂ ਫਿੱਟ ਕਰਕੇ ਅੱਗੇ ਤੁਰਦਾ 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 ਨਿਕਲ ਗਿਆ ਅੱਗੇ, ਤੇ ਪ੍ਰਵੀਨ ਤੋਗੜੀਆ ਹੋਈ ਜਿਹੜੇ ਸੀਗੇ ਉਹ ਉੱਥੇ ਰਹਿ ਗਏ ਭਗਵੇਂ ਝੰਡੇ ਤੇ ਪਰਸ਼ੂਦਾ ਜੋਗੇ। ਸੋ ਉਹ ਇੱਕ ਦੱਸਦੇ ਆ ਕਿ ਇਹਨਾਂ ਦਾ ਅੰਦਰੂਨੀ ਜਿਹੜਾ ਵਾਦ ਪਵਾਦ ਆ ਉਹ ਵੀ ਸਮੇਂ ਸਮੇਂ ਤੇ ਸਿਰ ਝੁਕਦਾ ਰਹਿੰਦਾ ਹੈ। ਪਰ ਜੋ ਮਰਜ਼ੀ ਹੈ, ਇਹ ਹੁਣ ਲੱਗਦਾ ਕਿ ਜਿਹੜੀ ਥੋੜੀ ਜਿਹੀ ਟਕਾਸ ਹੋਈ ਸੀ ਗਊ ਰਾਖਿਆਂ ਦੇ ਮਾਮਲੇ ਤੇ, ਅੱਜ ਬੀਫ ਦੇ ਮਾਮਲੇ ਤੇ ਦੁਬਾਰਾ ਇੱਕ ਬਹਿਸ ਛਿੜਕੀ ਹੈ ਬਹੁਤ ਵੱਡੀ, ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਚ ਹਾਲਾਂਕਿ ਚੋਣਾਂ ਨੇ ਥੋੜਾ ਜਿਹਾ ਡਰ ਕੇ ਥੋੜਾ ਜਿਹਾ ਇਹ ਰੱਖ ਰਹੇ ਕਦਮ ਫੂਕ ਕੇ ਪੈਰ ਧਰਦੇ ਪਏ ਆ, ਪਰ ਬਹਿਸ ਫਿਰ ਉਸ ਪਾਸੇ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਇੱਕ ਹਰਿਆਣਾ ਦੀ ਬੀਬੀ ਹੈ DIG ਭਾਰਤੀ ਅਰੋੜਾ, ਅੱਜ ਉਹਨੇ ਇੱਕ ਬੜਾ ਤਗੜਾ ਬਿਆਨ ਦਿੱਤਾ। ਉਹਨੇ ਕਿਹਾ ਕਿ ਜਿਹੜਾ 1500 ਕਰੋੜ ਦਾ ਤਸਕਰੀ ਦਾ ਬਿਜ਼ਨਸ ਹੁੰਦਾ, ਕਾਰੋਬਾਰ ਹੈ ਜਿਹੜਾ ਗਾਵਾਂ ਨਾਲ ਜੁੜਿਆ, ਇਹਦਾ ਪੈਸਾ ਅੱਤਵਾਦ ਲਈ ਵਰਤਿਆ ਜਾ ਰਿਹਾ। ਅੱਤਵਾਦ ਵੀ ਦੋ ਤਰ੍ਹਾਂ ਦਾ, ਇੱਕ ਗੁੱਡ ਅੱਤਵਾਦ ਹੁੰਦਾ, ਇੱਕ ਬੈਡ ਅੱਤਵਾਦ। ਉਹ ਲੋਕੀ ਹੁਣ ਸੋਚਣ ਦੇ ਵਿੱਚ ਲੱਗੇ ਹੋਏ ਆ ਕਿ ਅੱਤਵਾਦ ਤੇ ਭਗਵਾਨ ਵੀ ਹੈ, ਅੱਤਵਾਦ ਤਾਰੋ ਪਾਰ ਵਾਲਾ ਵੀ ਹੈ। ਪੈਸਾ ਹੁਣ ਕਿਸ ਅੱਤਵਾਦ ਲਈ ਯੂਜ਼ ਕੀਤਾ ਜਾਂਦਾ ਹੈ ਉਹ ਅਜੇ ਸਮਝੋ ਬਾਹਰ ਦੀ ਗੱਲ ਆ। ਪਰ ਇਹ ਜੋ ਉੱਠ ਰਹੀਆਂ ਇਹ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠ ਰਹੀਆਂ, ਇਸ ਤਰ੍ਹਾਂ ਦੇ ਬਿਆਨ ਆ ਰਹੇ ਆ, ਇਹਦੇ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਕਿ ਥੋੜੀ ਜਿਹੀ ਚੁੱਪੀ ਜੇ ਹੋਈ ਸੀ ਤਾਂ ਗੁਜਰਾਤ ਦੇ ਵਿੱਚ ਜਿਹੜਾ ਦਲਿਤਾਂ ਦਾ ਮਸਲਾ ਸੁਲ ਗਿਆ ਸੀ ਉਹਨੂੰ ਲੈ ਕੇ ਜ਼ਰੂਰ ਹੋਈ ਸੀ, ਪਰ ਇਹ ਚੁੱਪੀ ਹੁਣ ਤੋੜਨ ਦੇ ਰਾਹ ਦੇ ਵਿੱਚ ਨੇ। ਕਿਉਂਕਿ ਗਾਂ ਦੀ ਜਿੱਥੇ ਅਗਲੇ ਅੱਗੇ ਆਪਾਂ ਦੇਖਿਆ ਆਪਣੇ ਜੋ ਪਿਛੋਕੜ ਦੇ ਵਿੱਚ ਆਪਾਂ ਦੇਖਿਆ ਕਿ ਗਾਂ ਦੇ ਮੁੱਦੇ ਤੇ ਇਹਨਾਂ ਦੀ ਕਾਫੀ ਲੱਸੀ ਹੋ ਗਈ ਸੀ ਜਦੋਂ ਦਲਿਤ ਮੁੱਦਾ ਉੱਠ ਪਿਆ ਸੀ। ਪਰ ਇਹਨਾਂ ਨੂੰ ਇਹ ਪਤਾ ਹੈ ਕਿ UP ਦੇ ਵਿੱਚ ਬ੍ਰਾਹਮਣ ਵੋਟ ਹੈ ਜੇ ਉਹ ਬੜੀ ਮੋਟੀ ਇੱਕ ਤਰ੍ਹਾਂ ਨਾਲ ਧਿਰ ਵਜੋਂ ਵਿਚਰਦੀ ਹੈ, ਉਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵੋਟ ਬੈਂਕ ਆ ਪੱਕਾ,
ਉਹ ਜੇ ਇਹ ਹੁਣ ਆਪਣਾ ਇਧਰੋਂ ਸਟੈਂਡ ਛੱਡਦੇ ਆ ਤੇ ਕਿਤੋਂ ਨਾ ਕਿਤੇ ਫਿਰ ਉਹ ਵੋਟ ਬੈਂਕ ਹੈ ਜਿਹੜੀ ਉਹ ਖਿਸਕਦੀ ਹੈ। ਇਸ ਕਰਕੇ ਹੁਣ ਇਹਨਾਂ ਨੇ ਫਿਰ ਉਸ ਮੁੱਦੇ ਨੂੰ ਮਾਰਨਾ ਜਿਹੜਾ ਸ਼ੁਰੂ ਕਰ ਦਿੱਤਾ। ਯਾਨੀ ਇੱਕ ਪਾਸੇ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਨਰਿੰਦਰ ਮੋਦੀ ਆਪਣਾ ਜਿਹੜਾ ਰਾਗ ਉਹ ਲਾਪੀ ਜਾਣ, ਪਰ ਜੀ ਦੂਜੇ ਪਾਸੇ ਇਹ ਜਿਹੜੇ ਲੋਕ ਆ ਇਹ ਉਸ ਲੀਡ ਨੂੰ ਕੁੱਟੀ ਜਾਣ। ਸੋ ਦੋ ਪੈਰਲ ਆਪਾਂ ਨੂੰ ਵੇਖਣ ਨੂੰ ਮਿਲ ਸਕਦੇ ਆ ਸਿਆਸਤ ਦੇ ਵਿੱਚ। ਜੀ ਜੀ ਅੱਗੇ ਆਪਾਂ ਮਿੰਟੂ ਜੀ ਜੇ ਗੱਲ ਕਰਦੇ ਹਾਂ, ਪੰਜਾਬ ਪੁਲਿਸ ਦੇ ਦੋ ਡੋਪ ਟੈਸਟ ਦਾ ਪਾਜ ਉਧੜਿਆ। ਦੇਖੋ ਇਹ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਪਹਿਲੇ ਗੱਲਾਂ ਕਰਦੇ ਸਨ। ਇੱਕ ਮੁੰਡਾ ਦੱਸਣ ਡਿਆ ਸੀ ਜਿਹੜਾ ਭਰਤੀ ਚੋਂ ਆਇਆ ਸੀ, ਜੀ ਉਹ ਕਹਿੰਦਾ ਕਿ ਮੇਰੇ ਨਾਲ ਦਾ ਮੁੰਡਾ ਕੰਬੀ ਜਾਂਦਾ ਸੀ, ਅੱਗੇ ਲੱਤਾਂ ਕੰਬੀ ਜਾਂਦੀਆਂ ਸੀ। ਮੈਂ ਕਿਹਾ ਠੀਕ ਭਰਾ, ਕਹਿੰਦਾ ਕਿ ਮੈਂ ਚਿੱਟਾ ਲਾਉਣਾ। ਤੇ ਕਹਿੰਦਾ ਹੈਰਾਨਗੀ ਦੀ ਗੱਲ ਹੈ ਭਾਜੀ, ਕਹਿੰਦਾ ਕਿ ਉਹ ਬੰਦੇ ਦਾ ਡੋਪ ਟੈਸਟ ਹੈ ਜਿਹੜਾ ਆ ਗਿਆ। ਉਹ ਆਪ ਵੀ ਹੈਰਾਨ ਸੀ, ਉਹ ਖੁਦ ਕੋਲ ਵਹਿੰਦਾ ਸੀ ਕਿ ਇਹ ਚਮਤਕਾਰ ਕਿਵੇਂ ਹੋ ਗਿਆ। ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਨੇ। ਇੱਕ ਮੁੰਡਾ ਜਿਹੜਾ ਹਰਿਆਣੇ ਚ ਭਰਤੀ ਹੋਣ ਆਇਆ ਸੀ ਇੱਧਰ ਪੰਜਾਬ ਦੇ ਵਿੱਚ, ਉਹਦਾ ਨਾਂ ਜਤਿੰਦਰ ਸੀ। ਉਹ ਜਿਸ ਮੈਡਮ ਦੇ ਕੋਲ ਗਿਆ ਆਪਣਾ ਲੈ ਕੇ ਸਾਰਾ ਬਾਇਓਡਾਟਾ, ਤੇ ਉਹ ਮੈਡਮ ਨੂੰ ਅੱਗੋਂ ਉਹਦਾ ਨਾਂ ਸੀ ਜਿਹੜਾ ਉਹਨੇ ਬੋਲਿਆ ਜਤਿੰਦਰ, ਉਹਨੂੰ ਨਾਂ ਨੀ ਲਿਖਣਾ ਹੈ ਪੰਜਾਬੀ ਚ। ਉਹ ਕਹਿੰਦੀ ਪੰਜਾਬੀ ਚ ਨਾਂ ਕਿਵੇਂ ਪੈਂਦਾ? ਉਹ ਕਹਿੰਦਾ ਜੀ ਮੈਨੂੰ ਤੇ ਆਪ ਨੀ ਪਾਉਣਾ ਆਉਂਦਾ, ਮੈਂ ਤੇ ਹਿੰਦੀ ਮੀਡੀਅਮ ਦਾ ਪੜ੍ਹਿਆ ਹੋਇਆ। ਤੇ ਉਹਨੇ ਫਿਰ ਨਾਲ ਦੀ ਨੂੰ ਪੁੱਛਿਆ ਕਿ ਭੈਣੇ ਜਤਿੰਦਰ ਕਿਵੇਂ? ਉੱਥੇ ਇਹੋ ਜਿਹਾ ਹਾਲ ਵੀ ਜਿਹੜਾ ਉਹ ਸੁਣਨ ਨੂੰ ਮਿਲਿਆ। ਪਰ ਇਹ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਛੋਟੀਆਂ ਪੈ ਜਾਂਦੀਆਂ। ਜੇ ਆਹ ਮਾਮਲਾ ਆਪਾਂ ਵੇਖੀਏ, ਇਹ ਮਾਮਲਾ ਇਸ ਤਰ੍ਹਾਂ ਆ ਕਿ ਫਰੀਦਕੋਟ ਜ਼ਿਲ੍ਹੇ ਦੀ ਜਿਹੜੀ ਭਰਤੀ ਹੋਈ ਹੈ ਉਹਦੇ ਜਿਹੜੇ ਡੋਪ ਟੈਸਟ ਸੀ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਜਿਹੜਾ ਮਨੋਰੋਗ ਦਾ ਵਿਭਾਗ ਆ ਉਹਨਾਂ ਨੇ ਕੀਤੇ ਸੀ। ਕੁਛ ਮੁੰਡਿਆਂ ਦੇ ਜਿਹੜੇ ਡੋਪ ਟੈਸਟ ਸੀਗੇ ਉਹ ਪੋਜ਼ਿਟਿਵ ਆਏ। ਉਹ ਜਿਹੜੇ ਪੋਜ਼ਿਟਿਵ ਆਏ ਸੀ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਉਸ ਡਿਪਾਰਟਮੈਂਟ ਦੇ ਵਿੱਚ ਪਈਆਂ ਸਨ। ਇਹਨਾਂ ਚਾਰ ਪੰਜ ਮੁੰਡਿਆਂ ਨੇ ਕੀ ਕੀਤਾ, ਇਹਨਾਂ ਨੇ ਆਪਣਾ ਜਵਾਬ ਫਿੱਟ ਕਰ ਲਿਆ। ਉਹ ਜਿਹੜੀਆਂ ਫਾਈਲਾਂ ਸੀ ਜਿਹਨਾਂ ਦੇ ਵਿੱਚ ਇਹਨਾਂ ਦੀਆਂ ਡੋਪ ਟੈਸਟ ਵਾਲੀਆਂ ਰਿਪੋਰਟਾਂ ਲੱਗੀਆਂ ਸੀ, ਇਹਨਾਂ ਨੇ ਸੈਟਿੰਗ ਵੈਟਿੰਗ ਕਰਕੇ ਉਹ ਜਿਹੜੀਆਂ ਰਿਪੋਰਟਾਂ ਜਿਹੜੀਆਂ ਉਹ ਪੜਵਾ ਦਿੱਤੀਆਂ, ਤੇ ਜਿਹੜੀਆਂ ਨੈਗੇਟਿਵ ਟੈਸਟ ਵਾਲੀਆਂ ਰਿਪੋਰਟਾਂ ਸੀ ਉਹ ਵਿੱਚ ਲਿਖਾ ਦਿੱਤੀ। ਇਹ ਉੱਥੇ ਕੋਈ ਬੀਬੀ ਸੀ ਜਿਹੜੀ ਉੱਥੋਂ ਦੀ ਸਹਾਇਕ ਮੇਰੇ ਖਿਆਲ ਦੇ ਨਾਲ ਪ੍ਰੋਫੈਸਰ ਸੀਗੀ ਮਨੋਰੋਗ ਵਿਭਾਗ ਦੀ, ਉਹ ਇਮਾਨਦਾਰ ਸੀ ਬੀਬੀ ਗੁਰਮੀਤ ਕੌਰ। ਉਹਨੂੰ ਜਦੋਂ ਫਿਰ ਪਤਾ ਲੱਗਿਆ, ਕਨਸੋ ਮਿਲੀ ਕਿ ਇਸ ਤਰ੍ਹਾਂ ਦੀ ਗੜਬੜ ਹੋਣ ਡਈ ਹੈ ਕਿ ਇੱਥੇ ਤੇ ਜਿਹੜੇ ਨਸ਼ੈੜੀ ਹੈ ਉਹ ਆਉਂਦੇ ਆ ਥੱਲੇ ਉਹ ਮੇਜ਼ ਤੇ ਫੜਾ ਕੇ ਖਰਚਾ ਵਰਚਾ ਉਹ ਨਸ਼ੈੜੀ ਤੋਂ ਦੁੱਧ ਦੋਤੇ ਬਣ ਜਾਂਦੇ ਆ ਤੇ ਘਰਾਂ ਨੂੰ ਜਾ ਕੇ ਕਹਿ ਦਿੰਦੇ ਕਿ ਅਸੀਂ ਟੈਸਟ ਤੋਂ ਕਲੀਅਰ ਹੋ ਗਏ। ਉਹਨੇ ਫਿਰ ਸਾਰੀ ਇਹ ਖੇਡ ਹੈ ਜਿਹੜੀ ਉਹ ਖਿਲਾਰ ਦਿੱਤੀ, ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਹੁਣ ਮਨੋਰੋਗ ਵਿਭਾਗ ਦਾ ਸਾਰਾ ਰਿਕਾਰਡ ਚੱਕ ਲਿਆ। ਉਹ ਜਿਹੜੇ ਚਾਰ ਜਗਾੜੀ ਮੁੰਡੇ ਸੀਗੇ ਜਿਹਨਾਂ ਦੇ ਵਿੱਚ ਇੱਕ ਜਿਉਣ ਵਾਲੇ ਪਿੰਡ ਦਾ ਸੀ ਹਰਪ੍ਰੀਤ ਸਿੰਘ, ਇੱਕ ਕੋਈ ਹਰਿੰਦਰਪਾਲ ਸੀ ਫਰੀਦਕੋਟ ਦਾ, ਕੋਟਕਪੂਰੇ ਦਾ ਸੀ ਇੱਕ ਮੁੰਡਾ, ਇੱਕ ਸ਼ਾਇਦ ਬਰਗਾੜੀ ਦਾ ਸੀ। ਇਹਨਾਂ ਚੋਂ ਤੇ ਹੁਣ ਮੁਕਦਮਾ ਵੀ ਦਰਜ ਕਰ ਲਿਆ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇਹ ਹਾਲੇ ਤੱਕ ਮੁਕਦਮਾ ਜਿਹੜਾ ਇਹ ਮੁੰਡਿਆਂ ਤੇ ਕੀਤਾ ਗਿਆ ਦਰਜ, ਜਿਹੜਾ ਬਾਬੂ ਉੱਥੇ ਸੀਟ ਤੇ ਬਹਿ ਕੇ ਸੌਦੇਬਾਜ਼ੀ ਕਰਦਾ ਸੀ ਉਹਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ। ਤੇ ਦੂਜੀ ਗੱਲ ਕਿ ਇਹ ਸੰਭਵ ਨਹੀਂ ਜਾਪਦਾ ਕਿ ਇਸ ਮਸਲੇ ਦੇ ਵਿੱਚ, ਇਸ ਗੜਬੜੀ ਦੇ ਵਿੱਚ ਬਾਬੂਆਂ ਤੋਂ ਇਲਾਵਾ ਪੁਲਿਸ ਦਾ ਕੋਈ ਕਰਮਚਾਰੀ ਨਾ ਸ਼ਾਮਲ ਹੋਵੇ, ਜਾਪਦਾ ਨਹੀਂ। ਹਾਲਾਂਕਿ ਪੁਲਿਸ ਇਨਕਾਰ ਕੀਤਾ, ਪਰ ਮੇਰੇ ਖਿਆਲ ਦੇ ਨਾਲ ਡੋਪ ਟੈਸਟਾਂ ਵਾਲੀ ਜਿਹੜੀ ਹੈ ਉਹ ਇਹਨਾਂ ਦੀ ਹੁਣ ਸਾਰੀ ਸੱਚਾਈ ਹੈ, ਥੋੜੀ ਜਿਹੀ ਸ਼ੱਕ ਦੇ ਦਾਇਰੇ ਚ ਹੈ। ਇਹਦੀ ਜਾਂਚ ਹੋਣੀ ਚਾਹੀਦੀ ਹੈ, ਸਾਰੇ ਜ਼ਿਲ੍ਹਿਆਂ ਦਾ ਇਹਦਾ ਜਾਂਚ ਦਾ ਕੇਂਦਰ ਬਿੰਦੂ ਬਣਾਉਣਾ ਚਾਹੀਦਾ ਕਿ ਕਿੱਥੇ ਕਿੱਥੇ ਗੜਬੜੀ ਹੋਈ ਹੈ, ਕਿੱਥੇ ਕੋਈ ਇਸ ਤਰ੍ਹਾਂ ਦੀ ਹੋਰ ਕਿਤੇ ਤਾਂ ਨਹੀਂ ਕੋਈ ਘਟਨਾ ਵਾਪਰੀ। ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਤੇ ਫਿਰ ਸਾਨੂੰ ਕਹਿਣਾ ਪਵੇਗਾ ਕਿ ਪੰਜਾਬ ਨੂੰ ਨਸ਼ਾ ਰਹਿਤ ਕਰਨਾ ਫਾਈਲਾਂ ਦੇ ਮੱਥੇ ਚ ਸੰਦੂਕ ਭੁੱਕ ਕੇ, ਇਹ ਫਿਰ ਮੱਥੇ ਚ ਸੰਦੂਕ ਭੁੱਕ ਕੇ ਨਸ਼ਾ ਰਹਿਤ ਕੀਤਾ ਜਾ ਰਿਹਾ। ਜੀ ਬਿਲਕੁਲ, ਇਸੇ ਚੀਜ਼ ਦਾ ਹੀ ਜਿਹੜਾ ਲੱਗ ਰਿਹਾ ਸੀਗਾ ਵੀ ਜਦੋਂ ਹਾਈ ਕੋਰਟ ਨੇ ਵੀ ਆਖਿਆ ਸੀਗਾ ਵੀ ਦਓ ਸਾਨੂੰ ਪ੍ਰਮਾਣ ਕੀ ਹੈਗਾ ਆ ਸਾਰਾ ਕੁਛ, ਤਾਂ ਉਦੋਂ ਫਿਰ ਇੱਦਾਂ ਦੀਆਂ ਚੀਜ਼ਾਂ ਤੋਂ ਹੀ ਡਰ ਸੀਗਾ ਵੀ ਇਹਨਾਂ ਨੇ ਕਾਗਜ਼ੀ ਕਾਰਵਾਈ 'ਚ ਹੀ ਕਰਨਾ ਹੈ ਸਾਰਾ ਕੁਛ। ਅੱਗੇ ਵਧੀਆ ਮਿੰਟੂ ਜੀ, ਵੀ ਬੁਢਲਾਡਾ ਅਗਵਾ ਕਾਂਡ, ਪੁਲਿਸ ਗਹਿਰੇ ਸਵਾਲਾਂ 'ਚ। ਇਹ ਇੱਕ ਵਪਾਰੀ ਹੈ ਚੁੱਕਿਆ ਗਿਆ ਸੀ ਬੁਢਲਾਡੇ ਦੇ ਵਿੱਚ, ਔਰ ਕਮਾਲ ਦੀ ਗੱਲ ਇਹ ਆ ਕਿ ਸਾਡੇ ਅਖਬਾਰਾਂ ਦੇ ਵਿੱਚ, ਸਾਡੇ ਚੈਨਲਾਂ ਦੇ ਵਿੱਚ ਇਹੋ ਜਿਹੀਆਂ ਖਬਰਾਂ ਨੂੰ ਹੁਣ ਥਾਂ ਨਹੀਂ ਮਿਲਦੀ, ਕਿਉਂਕਿ ਜਿੱਥੇ ਅਪਰਾਧ ਜ਼ਿਆਦਾ ਵਾਪਰ ਲੱਗ ਪੈਂਦਾ ਉੱਥੇ ਫਿਰ ਇੱਕ ਕਤਲ ਹੋ ਗਿਆ, ਇੱਕ ਗਵਾਹ ਹੋ ਗਿਆ, ਇੱਕ ਕਿਸੇ ਹਾਦਸੇ ਚ ਮਰ ਗਿਆ, ਇੱਕ ਥਾਂ ਤੇ ਕੋਈ ਲੁੱਟਿਆ ਗਿਆ, ਉਹਨੂੰ ਕੋਈ ਬਹੁਤੀ ਪਹਿਲ ਨਹੀਂ ਮਿਲਦੀ।
ਜਿੰਨਾ ਚਿਰ ਕੋਈ ਸਮੂਹਿਕ ਰੂਪ ਦੇ ਵਿੱਚ ਕਤਲੇਆਮ ਨਹੀਂ ਹੁੰਦਾ, ਕੋਈ ਵੱਡੀ ਲੁੱਟ ਨਹੀਂ ਹੁੰਦੀ, ਉਹ ਫਿਰ ਜਿਹੜੀਆਂ ਖ਼ਬਰਾਂ ਨੇ ਉਹ ਰਹਿੰਦੀਆਂ ਵੀ ਨੇ ਤੇ ਉਸ ਇਲਾਕੇ ਇਲਾਕੇ ਦੇ ਵਿੱਚ ਰਹਿ ਜਾਂਦੀਆਂ, ਬਹੁਤੇ ਲੋਕਾਂ ਤੱਕ ਉਹ ਨਹੀਂ ਪਹੁੰਚਦੀ। ਪਰ ਇਹ ਘਟਨਾ ਬੜੀ ਵੱਡੀ ਹੈ ਕਿ ਕਿਸੇ ਛੋਟੇ ਜਿਹੇ ਸ਼ਹਿਰ ਦੇ ਵਿੱਚੋਂ, ਕਿਉਂਕਿ ਬਲਾਡਾ ਸ਼ਹਿਰ ਹੈ ਜਿਹੜਾ ਉਹ ਨਿੱਕਾ ਜਿਹਾ ਸ਼ਹਿਰ ਹੈ ਮਾਲਵੇ ਦਾ, ਉਸ ਸ਼ਹਿਰ ਦੇ ਵਿੱਚ ਇੱਕ ਵਪਾਰੀ ਦਾ ਚੁੱਕਿਆ ਜਾਣਾ ਤੇ ਉਹਦਾ ਰੌਲਾ ਹੀ ਨਹੀਂ ਪੈਣਾ, ਬਾਹਰ ਉਹਦੀ ਵਾੜ ਹੀ ਨਹੀਂ ਨਿਕਲਣੀ, ਇਹ ਆਪਣੇ ਆਪ ਦੇ ਵਿੱਚ ਬੜਾ ਚਿੰਤਾ ਦਾ ਵਿਸ਼ਾ ਹੈ। ਇਹ ਬਲਾਡੇ ਦਾ ਕੋਈ ਵਪਾਰੀ ਸੀ ਚਿਮਨ ਲਾਲ, ਆਪਣੀ ਫੈਕਟਰੀ ਬੰਦ ਕਰਕੇ 4 ਅਗਸਤ ਨੂੰ ਨਿਕਲਿਆ ਤੇ 9:15 ਵਜੇ ਇਹ ਇਹਨੇ ਆਪਣੇ ਘਰੇ ਫੋਨ ਵੀ ਕੀਤਾ ਕਿ ਮੈਂ ਲਗਾਉਣ ਆਇਆ, ਰੋਟੀ ਪਾਣੀ ਤਿਆਰ ਕਰੋ। ਪਰ ਰਾਹ ਦੇ ਵਿੱਚ ਇਹਨੂੰ ਚੁੱਕ ਲਿਆ ਗਿਆ, ਕਾਲ ਆਈ ਫਰੌਤੀ ਵਾਸਤੇ ਕਿ 1 ਕਰੋੜ ਰੁਪਏ ਦਾ ਬੰਦੋਬਸਤ ਕਰੋ। ਉਸ ਤੋਂ ਬਾਅਦ ਕੀ ਹੋਇਆ ਜੀ ਕਿ 15 ਦਿਨਾਂ ਬਾਅਦ 19 ਅਗਸਤ ਨੂੰ ਇਹ ਵਪਾਰੀ ਹੈ ਚਿਮਨ ਲਾਲ ਜਿਹੜਾ, ਉਹ ਆਪਣੇ ਆਪ ਘਰੇ ਆ ਗਿਆ, ਆਪਣੇ ਆਪ ਘਰੇ ਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦਿਨ ਇਹ ਵਪਾਰੀ ਛੁੱਟ ਕੇ ਘਰੇ ਆਇਆ, ਉਸੇ ਦਿਨ DSP ਦਾ ਰੀਡਰ ਤੇ ਇਹਦੇ ਰਿਸ਼ਤੇਦਾਰ ਬੈਂਕ ਚ ਜਾਂਦੇ ਆ ਤੇ ਕਹਿੰਦੇ ਆ ਕਿ ਆ 40 ਲੱਖ ਰੁਪਇਆ ਛੋਟੇ ਨੋਟ ਆ, ਸਾਨੂੰ ਵੱਡੇ ਨੋਟਾਂ ਚ ਇਹਨਾਂ ਨੂੰ ਬਦਲ ਦਿਓ। ਉਹ ਬੈਂਕ ਵਾਲੇ ਜਿਹੜੇ ਸੀ ਉਹ ਫਿਕਰਾਂ ਚ ਪੈ ਕੇ ਉਹਨਾਂ ਨੇ ਲੱਲੇ ਪੱਬੇ ਲਾਏ ਇਹਨਾਂ ਨੂੰ। ਫਿਰ DSP ਦਾ ਫੋਨ ਗਿਆ ਬੈਂਕ ਮੈਨੇਜਰ ਨੂੰ ਕਿ ਨਹੀਂ ਮੈਂ ਹੀ ਭੇਜੇ ਆ, ਇਹਨਾਂ ਨੂੰ ਚੇਂਜ ਦੇ ਦਿਓ। ਉਸ ਤੋਂ ਬਾਅਦ 10 ਕੁ ਲੱਖ ਰੁਪਇਆ ਉਹਨਾਂ ਨੇ ਬਦਲ ਕੇ ਦਿੱਤਾ। ਹੁਣ ਇੱਕ ਬਹੁਤ ਵੱਡਾ ਸਵਾਲ ਆ ਕਿ ਉਹ ਇੰਨੇ ਪੈਸੇ ਕਾਹਦੇ ਲਈ ਬਦਲਾਉਣ ਗਏ ਸੀ। ਹੁਣ ਪੁਲਿਸ ਮੰਨਦੀ ਨੀ, ਉਹ ਤੇ ਕਹਿੰਦੇ ਜੀ ਅਸੀਂ ਗਏ ਨੀ, ਪਰ CCTV ਫੁਟੇਜ ਦੇ ਵਿੱਚ DSP ਦਾ ਰੇਡਰ ਤੇ ਇਹਦੇ ਰਿਸ਼ਤੇਦਾਰ ਜਿਹੜੇ ਉਹ ਸਾਫ਼ ਤੌਰ ਤੇ ਦਿਖਾਈ ਦਿੰਦੇ ਆ ਕਿ ਉਹ ਪੈਸੇ ਲੈ ਕੇ ਬੈਂਕ ਦੇ ਵਿੱਚ ਗਏ ਆ, ਉੱਥੋਂ ਬਦਲ ਕੇ ਪੈਸੇ ਲੈ ਕੇ ਆਏ ਤੇ ਉਸੇ ਦਿਨ ਵਪਾਰੀ ਆ ਜਿਹੜਾ ਉਹ ਛੁੱਟ ਆਉਂਦਾ। ਸੋ ਇਹ ਜਿਹੜੀ ਘਟਨਾ ਹੈ ਉਹ ਇਸ ਕਰਕੇ ਹੋਰ ਵੀ ਸ਼ੱਕੀ ਹੋ ਜਾਂਦੀ ਹੈ ਕਿਉਂਕਿ ਇਸ ਘਟਨਾ ਤੋਂ ਤੁਰੰਤ ਬਾਅਦ ਜਿਹੜਾ ਉੱਥੋਂ ਦਾ DSP ਸੀ ਸੁਰਿੰਦਰ ਸ਼ਰਮਾ, ਉਹਨੂੰ ਬਦਲ ਦਿੱਤਾ ਗਿਆ, ਲਾਲ ਦੀ ਨਾਲ ਉਹਨੂੰ ਬਦਲ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ। ਲੱਗਦਾ ਇਸ ਮਾਮਲੇ ਦੇ ਵਿੱਚ ਇਹ ਹੈ ਕਿ ਜਿਵੇਂ ਇੱਥੇ ਮੈਰਿਜ ਬਿਊਰੋ ਖੁੱਲੇ ਆ, ਉਹ ਜਿਵੇਂ ਕੰਮ ਕਰਦੇ ਆ, ਮੇਰੇ ਖਿਆਲ ਦੇ ਨਾਲ ਪੁਲਿਸ ਨੇ ਵੀ ਹੁਣ ਇੱਥੇ ਕੁੰਡਲੀਆਂ ਮਿਲਾਉਣ ਦਾ ਕੰਮ ਕਰ ਦਿੱਤਾ ਹੈ, ਪਰ ਇੱਥੇ ਜਾਂਚ ਦੀ ਜ਼ਰੂਰਤ ਆ ਕਿ ਪੁਲਿਸ ਨੇ ਸੌਦੇਬਾਜ਼ੀ ਵਿੱਚ ਕਰਾਈ ਹੈ। ਜੇ ਕਰਾਈ ਹੈ ਕਿ ਪੈਸੇ ਦੇ ਕੇ ਉਹਨੂੰ ਛਡਾਇਆ, ਫਿਰ ਪੁਲਿਸ ਇਸ ਗੱਲ ਨੂੰ ਲੁਕਾ ਛਪਾ ਕਿਉਂ ਰਹੀ ਹੈ? ਕਿਉਂਕਿ ਇਹ ਸਿੱਧੇ ਤੌਰ ਤੇ ਪੁਲਿਸ ਦੀ ਫੇਲੀਅਰ ਹੈ ਕਿ ਬੰਦਾ ਜਿਹੜਾ ਪੈਸੇ ਦੇ ਕੇ ਛਡਾਇਆ, ਇਹਦਾ ਮਤਲਬ ਕਿ ਪੁਲਿਸ ਨਾਕਾਮ ਰਹੀ, ਨਾ ਤਾਂ ਉਹਨਾਂ ਤੱਕ ਪਹੁੰਚ ਸਕੀ ਤੇ ਨਾ ਫੜੌਤੀ ਦੀ ਰਕਮ ਜਿਹੜੀ ਉਹ ਦੇਣ ਤੋਂ ਕਰਜ਼ਿਆਂ ਨੂੰ ਬਚਾ ਸਕੀ। ਇਹ ਚੀਜ਼ ਜਿਹੜੀ ਹੈ ਇਹ ਜਾਂਚ ਦੇ ਦਾਇਰੇ ਚ ਲਿਆਉਣੀ ਚਾਹੀਦੀ ਹੈ। ਜੇ ਇਸ ਤਰ੍ਹਾਂ ਕੰਮ ਹੋਣ ਲੱਗ ਪਿਆ ਤੇ ਇਹਨਾਂ ਨੇ ਆਪ ਹੀ ਕਿਹਾ ਦੇਣਾ ਕਰਨਾ ਹੈ ਵਿੱਚ ਕਿ ਕਰ ਲਓ ਕੰਮ ਜੀ, ਸੌਦਾ ਆਪਾਂ ਕਰਾ ਹੀ ਦੇਣਾ ਤੁਹਾਡਾ ਅਤੇ ਤੁਹਾਡੇ ਅਤੇ ਸਾਡੇ। ਇਸ ਤਰ੍ਹਾਂ ਕੰਮ ਬਿਹਾਰ ਦੇ ਵਿੱਚ ਚੱਲਿਆ ਸੀ, ਬਿਹਾਰ ਵਾਲਾ ਕੰਮ ਅਸੀਂ ਇੱਥੇ ਨਾ ਬੰਨ ਦਈਏ। ਜ਼ਰੂਰਤ ਆ ਕਿ ਇਸ ਮਾਮਲੇ ਨੂੰ ਛਾਨਣੀ ਲੱਗ ਜਾਵੇ। ਜੀ ਜੀ ਅੱਗੇ ਆਪਾਂ ਵਧਦੇ ਹਾਂ। ਸ਼ਰਮਨਾਕ ਭੂਤ ਕੱਢਣ ਦੇ ਨਾਂ ਤੇ ਬੀਬੀਆਂ ਨੂੰ ਪਿਆਇਆ ਜਾ ਰਿਹਾ ਜੁੱਤੀ ਚ ਪਾਣੀ। ਇਹ ਰਾਜਸਥਾਨ ਦਾ ਭੀਲਵਾੜਾ ਹੈ, ਭੀਲਵਾੜਾ ਬਹੁਤ ਪਛੜਿਆ ਜ਼ਿਲ੍ਹਾ ਜਿਵੇਂ ਕਹਿ ਦਈਏ ਕਿ ਆਪਣੇ ਪੰਜਾਬ ਦੇ ਵਿੱਚ ਜੇ ਕਿਸੇ ਜ਼ਿਲ੍ਹੇ ਦਾ ਨਾਂ ਲਿਆ ਤੇ ਫਿਰ ਥੋੜੇ ਜਿਹੇ ਪੰਜਾਬੀ ਉੱਥੋਂ ਦੇ ਰਹਿਣ ਵਾਲੇ ਗੁੱਸੇ ਹੋ ਜਾਣਗੇ, ਪਰ ਕੁਛ ਜ਼ਿਲ੍ਹੇ ਹੁੰਦੇ ਕਿਸੇ ਵੀ ਰਾਜ ਦੇ ਵਿੱਚ ਪਛੜੇ ਹੁੰਦੇ। ਭੀਲਵਾੜਾ ਵੀ ਬੈਕਵਰਡ ਜ਼ਿਲ੍ਹਾ ਕਿਹਾ ਜਾਂਦਾ ਰਾਜ। ਉੱਥੇ ਇੱਕ ਮੰਦਿਰ ਆ ਮਾਤਾ ਬਕਾਇਆ ਦਾ, ਮਾਤਾ ਬਕਾਇਆ ਦੇਵੀ ਦਾ। ਉਸ ਮੰਦਿਰ ਦੇ ਵਿੱਚ ਮਾਨਤਾ ਬਣੀ ਹੈ ਕਿ ਜਿਹਨਾਂ ਬੀਬੀਆਂ ਨੂੰ ਕੋਈ ਛਾਇਆ ਹੁੰਦਾ ਭੂਤ ਪ੍ਰੇਤ ਦਾ, ਉਹਨਾਂ ਨੂੰ ਹਫ਼ਤੇ ਬਾਅਦ ਲਿਆਉਂਦੇ ਆ। ਦੱਸਦੇ ਆ ਕਿ ਰਸਤੇ ਦੇ ਵਿੱਚ ਵੀ ਜਦੋਂ ਲਿਆਂਦੀਆਂ ਜਾਂਦੀਆਂ ਉਹ ਬੀਬੀਆਂ, ਉਹਨਾਂ ਦੇ ਮੂੰਹ ਚ ਜੁੱਤੀ ਪਾ ਦਿੱਤੀ ਜਾਂਦੀ ਹੈ ਜਾਂ ਉਹਨਾਂ ਦੇ ਸਿਰ ਤੇ ਜੁੱਤੀਆਂ ਜਿਹੜੀਆਂ ਮੁਸ਼ਕੀਆਂ ਜੁੱਤੀਆਂ ਹੁੰਦੀਆਂ ਉਹ ਰਖਾ ਦਿੱਤੀਆਂ ਜਾਂਦੀਆਂ। ਉਹ ਇਸੇ ਅਵਸਥਾ ਦੇ ਵਿੱਚ ਹੀ ਆਉਂਦੀਆਂ, ਆ ਕੇ ਇੱਕ ਛੋਟੀ ਜਿਹੀ ਉੱਥੇ ਜਿਵੇਂ ਕਹਿ ਲਈਏ ਬੌਲੀ ਬਣੀ ਹੈ, ਉਹਦੇ ਵਿੱਚ ਪਾਣੀ ਹੈ ਥੋੜਾ ਜਿਹਾ, ਉਹਦੇ ਵਿੱਚ ਬੀਬੀਆਂ ਨੂੰ ਵਾੜ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਕਿ ਜੁੱਤੀ ਚ ਪਾਣੀ ਪੀਓ। ਜਿਹੜੀ ਬੀਬੀ ਕਹਿੰਦੀ ਹੈ ਕਿ ਨਹੀਂ ਮੈਨੂੰ ਕੁਛ ਨੀ ਹੈਗਾ, ਮੈਨੂੰ ਧੱਕੇ ਦੇ ਨਾਲ ਤੁਸੀਂ ਜੁੱਤੀ ਚ ਪਾਣੀ ਪਿਆ ਰਹੇ ਹੋ, ਉਹਨੂੰ ਸਿਰ ਦੇ ਵਿੱਚ ਵੀ ਚੀਰਾ ਮਾਰੀ ਦੇ। 1991 ਦੇ ਵਿੱਚ ਇੱਕ ਫੋਟੋ ਜਰਨਲਿਸਟ ਉੱਥੇ ਫੋਟੋਆਂ ਕੱਢ ਕੇ ਲਿਆ, 1991 ਦੇ ਵਿੱਚ ਉਹ ਫੋਟੋ ਅੱਜ ਜਿਵੇਂ ਦੇਖੀ ਦੀ ਹੈ, ਬਲੈਕ ਐਂਡ ਵਾਈਟ ਫੋਟੋ ਸੀ ਉਸ ਸਮੇਂ 1991 ਵਾਲੀ, ਜੇ ਉਸ ਨੂੰ ਵੇਖੀਏ ਤੇ ਅੱਜ ਦੀ ਜਿਹੜੀ ਫੋਟੋ ਹੈ ਬਿਲਕੁਲ ਸੇਮ ਹੀ ਹੈ, ਕੁਛ ਵੀ ਨੀ ਬਦਲਿਆ, ਉਸੇ ਤਰ੍ਹਾਂ ਦੀ ਰਵਾਇਤ ਹੈ। ਹਫ਼ਤੇ ਬਾਅਦ ਉਹੀ ਮੇਲਾ ਲੱਗਦਾ, ਸਾਡੇ ਇੱਧਰ ਵੀ ਇੱਕ ਪਹਾੜਾਂ 'ਚ ਜਾਂਦੇ ਸਾਡੇ ਕੋਈ ਪੰਜਾਬੀ, ਉੱਥੇ ਵੀ ਇਹੋ ਹੀ ਕੰਮ ਹੁੰਦਾ, ਉਹ ਬਿਲਕੁਲ ਉਹੋ ਹੀ ਕੰਮ ਅੱਜ ਵੀ ਉੱਥੇ ਚੱਲਣ ਡਿਆ। 1991 ਤੋਂ ਲੈ ਕੇ 2016 ਤੱਕ ਦਾ ਜਿਹੜਾ ਸਫ਼ਰ ਸੀ ਉਹ ਉਸੇ ਤਰ੍ਹਾਂ ਹੀ ਚੱਲਦਾ ਪਿਆ, ਨਿਰੰਤਰ ਚੱਲਦਾ ਪਿਆ। ਡਿਜੀਟਲ ਇੰਡੀਆ ਜਿਹੜਾ ਉਹ ਸਾਡਾ ਉੱਥੇ ਜਲੂਸ ਨਿਕਲ ਰਿਹਾ ਕਿ ਡਿਜੀਟਲ ਇੰਡੀਆ ਛੱਡੋ, ਜਿਹੜਾ ਸਾਡਾ ਕੋਈ ਤਰਕਸ਼ੀਲ ਇੰਡੀਆ ਸੀਗਾ ਉਹ ਵੀ ਹੁਣ ਉੱਥੇ ਦਮ ਤੋੜਦਾ ਨਜ਼ਰ ਆਉਂਦਾ, ਕਿ ਥੋੜਾ ਬਹੁਤ ਤਰਕਸ਼ੀਲ ਸੀ ਉਸ ਜਗ੍ਹਾ ਤੇ, ਉਹ ਤਰਕਸ਼ੀਲਤਾ ਵੀ ਕੰਮ ਨਹੀਂ ਕਰਦੀ। ਇਹੀ ਭਰਮ ਵਹਿਮ ਹੈ ਜਿਹੜੇ ਬਹੁਤ ਸਾਨੂੰ ਪਛਾੜ ਗਏ ਆ।
ਇੱਥੇ ਇਸ ਤਰ੍ਹਾਂ ਦੀਆਂ ਮਾਨਤਾਵਾਂ ਨੇ ਕਿ ਇੱਕ ਬੱਚੀ ਦਾ ਕੁੱਤੇ ਦੇ ਨਾਲ ਵਿਆਹ ਕਰ ਦਿੱਤਾ ਗਿਆ ਸੀਗਾ। ਬਹੁਤ ਥਾਵਾਂ ਤੇ ਜੰਡ ਕਰੀਰ ਪੂਜੇ ਜਾਂਦੇ, ਘਰੇ ਮਾਪੇ ਭਾਵੇਂ ਪਾਣੀ ਨੂੰ ਵਿਲਕਦੇ ਹੋਣ, ਉਹ ਜੰਡ ਕਰੀਰ ਪੂਜੇ ਜਾਂਦੇ। ਬਹੁਤ ਸਾਰੀਆਂ ਮਾਨਤਾਵਾਂ ਨੇ, ਇਹ ਜਿਹੜੀਆਂ ਮਾਨਤਾਵਾਂ ਨੇ ਇਹ ਪਰੰਪਰਾਵਾਂ ਜਿਹੜੀਆਂ ਡਰ ਦੈਵੀ ਸ਼ਕਤੀਆਂ ਦਾ, ਗੈਵੀ ਸ਼ਕਤੀਆਂ ਦਾ ਜਿਹੜਾ ਡਰ ਪਾ ਕੇ ਇਹ ਭਰਮ ਤੋੜੇ ਗਿਆ, ਇਹਨਾਂ ਚੋਂ ਲੋਕਾਂ ਨੂੰ ਕੱਢਣ ਦੀ ਜ਼ਰੂਰਤ ਆ। ਮੇਰੇ ਖਿਆਲ ਦੇ ਨਾਲ ਉਹ ਜਿਹੜੇ ਕਾਲਪਨਿਕ ਭੂਤ ਹੈ ਉਹਨਾਂ ਨੁਕਸਾਨ ਨਹੀਂ ਕਰਦੇ ਪਏ ਜਿੰਨਾ ਧੱਕੇ ਦੇ ਨਾਲ ਜੁੱਤੀਆਂ 'ਚ ਪਾਣੀ ਪਿਆਉਣ ਵਾਲੇ ਕਰਦੇ ਪਏ ਆ। ਲੋੜ ਆ ਇਹੋ ਜਿਹੇ ਭਰਮਾਂ 'ਚੋਂ ਕੱਢਣ ਦੀ ਲੋਕਾਂ ਨੂੰ, ਨਾਲ ਇੱਕ ਆਧੁਨਿਕ ਸਮਾਜ ਦੇ ਵਿੱਚ ਇਹਨਾਂ ਨੂੰ ਰਲਾਉਣ। ਜੀ 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 ਅੱਗੇ ਜੀ ਆਪਾਂ ਵਧੀਆ ਮਿੰਟੂ ਜੀ ਵੀ ਸੂਚਨਾ ਕਮਿਸ਼ਨ ਨੇ ਪ੍ਰਧਾਨ ਮੰਤਰੀ ਨੂੰ ਆਖਿਰਕਾਰ ਪੁੱਛ ਹੀ ਲਿਆ, ਦੱਸੋ ਬਈ ਕਦੋਂ ਮਿਲ ਰਹੇ ਸਾਡੇ 15 ਲੱਖ? 15 ਲੱਖ ਵਾਲਾ ਤੇ ਵੈਸੇ ਇਹਨਾਂ ਨੇ ਸਾਫ਼ ਕਰ ਦਿੱਤਾ ਸੀ ਕਿ ਇਹਨਾਂ ਦਾ ਪਾਰਟੀ ਪ੍ਰਧਾਨ ਹੈ ਜਿਹੜਾ ਅਮਿਤ ਸ਼ਾਹ ਨੇ ਆਖਿੱਤਾ ਸੀਗਾ ਕਿ ਚੁਣਾਵੀ ਜੁਮਲਾ ਹੈ, ਤੇ ਚੁਣਾਵੀ ਜੁਮਲਾ ਜਿਹੜਾ ਪਾਣੀ ਦੇ ਬੁਲਬਲੇ ਵਰਗਾ ਹੁੰਦਾ, ਇੱਕ ਵਾਰੀ ਫਿਸ ਗਿਆ ਫਿਸ ਗਿਆ, ਜਿੰਨਾ ਚਿਰ ਤੇ ਹੁੰਦਾ ਉਹਨਾਂ ਚਿਰ ਤੇ ਪਾਣੀ ਦੀ ਹਿੱਕ ਤੇ ਨੱਚਦਾ, ਜਦੋਂ ਫਿਸ ਗਿਆ ਉਹਦੀ ਕੋਈ ਹੋਂਦ ਨਹੀਂ, ਫਿਰ ਤੇ ਜਲ ਦੇ ਵਿੱਚ ਜਲ ਰਲਿਆ, ਫਿਰ ਬੁਲਬਲੇ ਦੀ ਹੋਂਦ ਮਿਟ ਜਾਂਦੀ ਹੈ। ਤੇ ਉਹਨੇ ਕਹਿਤਾ ਸੀ ਕਿ ਇਹ ਤੇ ਜੁਮਲਾ ਸੀ, ਚੁਣਾਵੀ ਜੁਮਲਾ ਸੀ। ਉਦੋਂ ਲੋਕ ਵਿਚਾਰੇ ਜਿਹਨਾਂ ਨੇ ਝੋਲਾ ਸਵਾਇਆ ਸੀ ਕਿ 15 ਲੱਖ ਪਾਵਾਂਗੇ, ਉਹਨਾਂ ਨੇ ਵਗਾ ਕੇ ਮਾਰਿਆ। ਹੁਣ ਮੇਰੇ ਹਿਸਾਬ ਨਾਲ ਨਵੇਂ ਸਿਰੇ ਉਹ ਫਿਰ ਉਮੀਦ ਜਾਗੀ ਹੈ ਕਿ ਕਿਸੇ ਨੇ ਰਾਜਸਥਾਨ ਦਾ ਝਾਲਾਵਾੜ ਜ਼ਿਲ੍ਹੇ ਦੇ ਕੋਈ ਕਨਈਆ ਲਾ ਲਿਆ, ਉਹ ਸੱਜਣ ਨੇ RTI ਪਾਈ ਤੇ ਸੂਚਨਾ ਉਹਨੇ ਮੰਗੀ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਕਿ ਭਾਈ ਕਦੋਂ ਆ ਰਿਹਾ ਮੇਰਾ 15 ਲੱਖ। ਉਹਨਾਂ ਨੇ ਲਿਖਿਆ, ਉਹਨਾਂ ਨੇ ਕਿਹਾ ਕਿ ਇੱਥੇ ਕੋਈ 15 ਲੱਖ ਨੀ ਤੇ ਨਾ ਹੀ ਚਾਹ ਕੇ ਰੱਖੋ, ਸਾਡੇ ਕੋਲ ਕੋਈ ਇਹੋ ਜਿਹਾ ਨਾ ਕੋਈ ਹਥਿਆਰ ਹੈ ਤੇ ਨਾ ਕੋਈ ਸਾਨੂੰ ਕੋਈ ਇਹਦੀ ਸੂਚਨਾ ਕਦੋਂ 15 ਲੱਖ ਦੇਣਾ। ਉਹਨੇ ਫਿਰ ਕੇਸ ਕਰ ਦਿੱਤਾ, ਸੂਚਨਾ ਕਮਿਸ਼ਨ ਕੋਲ ਉਹਨੇ ਸ਼ਿਕਾਇਤ ਕਰ ਦਿੱਤੀ ਕਿ ਮੈਂ ਆਹ ਸੂਚਨਾ RTI ਦੇ ਦਾਇਰੇ ਹੇਠ ਮੰਗੀ ਸੀ ਤੇ ਇਹਨਾਂ ਨੇ ਮੈਨੂੰ ਆਹ ਜਵਾਬ ਦਿੱਤਾ ਤੇ ਮੈਨੂੰ ਇਹਦਾ ਜਵਾਬ ਲੈ ਕੇ ਦਿਓ, ਇਹ ਮੇਰਾ ਹੱਕ ਬਣਦਾ ਹੈ। ਫਿਰ ਸੂਚਨਾ ਕਮਿਸ਼ਨ ਨੇ ਉਹ ਕੇਸ ਜਿਹੜਾ ਵਿਚਾਰਿਆ ਤੇ ਅੰਤ ਇਹ ਫੈਸਲਾ ਕੀਤਾ ਕਿ ਇਹ RTI ਦੇ ਦਾਇਰੇ ਚ ਆਉਂਦਾ, ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਹੁਣ ਉਹਨਾਂ ਨੇ ਚਿੱਠੀ ਪਾਈ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹਦਾ ਤੁਹਾਨੂੰ ਜਵਾਬ ਦੇਣਾ ਹੀ ਪਏਗਾ, ਜੇ ਤੂੰ ਮਰਜ਼ੀ ਪੁੱਛ ਕੇ ਦਿਓ ਕਿ 15 ਲੱਖ ਕਦੋਂ ਘੱਲ ਰਹਿ ਜੇ। ਹੁਣ ਜੇ ਮੋਦੀ ਸਾਹਿਬ ਨੂੰ ਜਾ ਕੇ ਪੁੱਛ ਲਿਆ ਤੇ ਉਹਨੇ ਕਹਿਣਾ ਜੀ ਕੋਈ ਗੱਲ ਨੀ, ਅਗਲੀਆਂ ਚੋਣਾਂ ਚ ਫਿਰ ਆ ਜਾਏਗਾ, ਜਿਵੇਂ ਅਗਲੀਆਂ ਪਿਛਲੀਆਂ ਚੋਣਾਂ ਚ ਆਇਆ ਸੀ 15 ਲੱਖ, ਚੋਣਾਂ ਆਉਣ ਦਿਓ, ਉਸੇ ਤਰ੍ਹਾਂ ਦਾ 15 ਲੱਖ ਆ ਜਾਏਗਾ। ਸੋ ਇਹ 15 ਲੱਖ ਹੈ ਜਿਹੜਾ ਉਹ ਆਵੇ ਜਾਂ ਨਾ ਆਵੇ, ਪਰ ਇੱਕ ਵਾਰੀ ਚਰਚਾ ਜ਼ਰੂਰ ਕਰੇਗਾ। ਚਰਚਾ ਇਸ ਗੱਲ ਦੀ ਕਰਾਏਗਾ ਕਿ ਉੱਥੋਂ ਦਾ ਜਿਹੜਾ ਅਮਲਾ ਹੈ ਪ੍ਰਧਾਨ ਮੰਤਰੀ ਦਫ਼ਤਰ ਦਾ, ਉਹ ਲਿਖ ਕੇ ਭੇਜੇਗਾ ਕਿ 15 ਲੱਖ ਨਹੀਂ ਆਉਣਾ, ਕਦੇ ਨਹੀਂ ਆਉਣਾ, ਜਾਂ ਇਹ ਲਿਖ ਕੇ ਭੇਜੇਗਾ ਕਿ ਥੋੜੀ ਜਿਹੀ ਉਡੀਕ ਕਰੋ, 15 ਲੱਖ ਹੈ ਜਿਹੜਾ ਉਹ ਸਾਈ ਤੇ ਬਣ ਗਿਆ। ਜੀ ਜੀ ਤੇ ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਮਿੰਟੂ ਜੀ ਵੀ ਪਾਕਿਸਤਾਨ ਨੇ ਭਾਰਤੀ ਚੈਨਲਾਂ ਤੇ ਲਾਈ ਪਾਬੰਦੀ। ਤੇ ਮੇਰੇ ਖਿਆਲ ਦੇ ਨਾਲ ਜਿਵੇਂ ਪੰਜਾਬੀ ਚ ਕਹਿੰਦੇ ਹੁੰਦੇ ਆ ਕਿ ਆਂਦੇ ਆਪ ਤਾਂ ਡੁੱਬੇ ਉਸੇ ਨਾਲ ਜਜਮਾਨ ਵੀ ਡੁੱਬੇ। ਜੀ ਇਹਨਾਂ ਨੇ ਨਾਲ ਜਜਮਾਨ ਵੀ ਡੁੱਬ ਕੱਤੇ। ਇਹ ਪਾਕਿਸਤਾਨ ਨੇ ਜਿਹੜਾ ਫੈਸਲਾ ਲਿਆ ਹੈ, ਉਹਨਾਂ ਨੇ ਸਾਰੇ ਭਾਰਤੀ ਚੈਨਲ ਬੰਦ ਕਰ ਦਿੱਤੇ, ਚਾਹੇ ਉਹ ਸਪੋਰਟਸ ਦੇ ਹੋਣ, ਚਾਹੇ ਨਿਊਜ਼ ਦੇ ਹੋਣ, ਚਾਹੇ ਉਹ ਸਾਸ ਬਹੁਗਲੇ ਸੀਰੀਅਲ ਵਾਲੇ ਹੋਣ, ਸਾਰੇ ਉਹਨਾਂ ਨੇ ਕਿਹਾ ਕਿ ਫਸਤਾ ਹੀ ਵੱਢ ਦਿਓ, ਲਾਭ ਵੱਢਿਓ, ਸਾਰਿਆਂ ਨੂੰ ਬੈਨ ਕਰ ਦਿੱਤਾ। ਤੇ ਨਾਲ ਉਹਨਾਂ ਨੇ ਜਿਹੜੀ ਉਹਨਾਂ ਦੀ ਪਾਕਿਸਤਾਨ ਦੀ ਮੀਡੀਆ ਅਥਾਰਟੀ ਹੈ, ਉਹਨਾਂ ਨੇ ਆਪਣੇ ਕੇਬਲ ਓਪਰੇਟਰ ਨੂੰ ਹੁਕਮ ਦੇ ਦਿੱਤਾ ਕਿ ਇਹ ਹਿੰਦੁਸਤਾਨੀ ਚੈਨਲ ਹੈ ਜਿਹੜੇ ਆਪਣੇ ਥੜੇ ਨੀ ਤੱਕ ਚੜ੍ਹਦੇ ਨੇ, ਇਹਦਾ ਮਤਲਬ ਹੈ ਕਿ ਬਹੁਤ ਸਾਰਾ ਕਾਰੋਬਾਰ ਹੈ ਜਿਹੜਾ ਚੈਨਲ ਹੈ ਉੱਥੇ ਠੱਪ ਹੋ। ਆਮ ਤੌਰ ਤੇ ਸਾਡੇ ਉੱਥੇ ਚੈਨਲ ਬਹੁਤ ਕੀਤੇ ਜਾਂਦੇ, ਖਾਸ ਤੌਰ ਤੇ ਸੋਨੀ ਵਰਗੇ ਚੈਨਲ ਹੈ ਜਿਹੜੇ ਜਿਹਨਾਂ ਨੂੰ ਆਪਾਂ ਪਰਿਵਾਰਕ ਚੈਨਲ ਕਹਿ ਦਿੰਦੇ ਹਾਂ, ਇਹਨਾਂ ਤੇ ਸੀਰੀਅਲ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਰੰਗਾ ਰੰਗ ਪ੍ਰੋਗਰਾਮ ਆਉਂਦੇ, ਤਾਂ ਉਹ ਚੈਨਲ ਵੀ ਜਿਹੜੇ ਆ ਉੱਥੇ ਸ਼ਟ ਡਾਊਨ ਕਰ ਦਿੱਤੇ ਗਏ ਆ। ਮੇਰੇ ਖਿਆਲ ਦੇ ਨਾਲ ਇਹ ਫੈਸਲਾ ਜਿਹੜਾ ਉਹ ਇਹਨਾਂ ਦੇ ਇੱਕ, ਮੈਂ ਜਿਵੇਂ ਕੱਲ ਕਿਹਾ ਸੀ ਤੁਹਾਨੂੰ ਕਿ ਆਲ ਇੰਡੀਆ ਰੇਡੀਓ ਤੋਂ ਇਹਨਾਂ ਨੇ ਬਲੋਚ ਖਬਰਾਂ ਵਾਲਾ ਜਿਹੜਾ ਬੁਲੇਟਿਨ ਐਲਾਨਿਆ, ਉਹਨੂੰ ਉਹ ਕਿਸੇ ਵੀ ਹਾਲ ਦੇ ਵਿੱਚ ਬਲੋਚਿਸਤਾਨ ਦੇ ਲੋਕਾਂ ਤੱਕ ਨਹੀਂ ਪਹੁੰਚਣ ਦੇਣਗੇ। ਇਹ ਉਹੀ ਕਵਾਇਦ ਆ, ਉਹਨਾਂ ਨੇ ਜਿਹੜੇ ਚੈਨਲ ਹੈ ਉਹ ਤੇ ਬੰਦ ਕੀਤੇ ਕੀਤੇ ਆ, ਤਾਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਜਿਹੜੀ ਉਹ ਰੇਡੀਓ ਵਾਲੀ ਫਿਰ ਕੈਸੀ ਹੁੰਦੀ ਹੈ ਜਿਹੜਾ ਉੱਥੋਂ ਦੀ ਜਿਹੜੀ ਕਿਸੇ ਵੀ ਰੇਡੀਓ ਲਈ ਜ਼ਰੂਰੀ ਹੈ, ਮੇਰੇ ਖਿਆਲ ਦੇ ਨਾਲ ਉਹਨਾਂ ਨੇ ਨਹੀਂ ਦੇਣੀ। ਔਰ ਇਸ ਬਲੋਚ ਪ੍ਰੋਗਰਾਮ ਦੇ ਕਰਕੇ ਹੀ ਜਿਹੜੇ ਦੂਜੇ ਭਾਰਤੀ ਚੈਨਲ ਸੀਗੇ ਉਹ ਵੀ ਉਹਨਾਂ ਨੇ ਬੰਦ ਕਰ ਦਿੱਤੇ ਆ। ਰੇਡੀਓ ਤਾਂ ਪਹੁੰਚਣਾ ਬੜੀ ਦੂਰ ਦੀ ਗੱਲ ਆ, ਉਹਨਾਂ ਨੇ ਚੈਨਲਾਂ ਵਾਲਾ ਵੀ ਰਾਹ ਜਿਹੜਾ ਰੋਕ ਲਿਆ। ਮੇਰੇ ਖਿਆਲ ਦੇ ਨਾਲ ਜਿਵੇਂ ਮੈਂ ਕੱਲ ਕਿਹਾ ਸੀ, ਉਹ ਭਵਿੱਖਬਾਣੀ ਜਿਹੜੀ ਆਪਣੀ ਕਿਤੇ ਨਾ ਕਿਤੇ ਸਹੀ ਹੋਈ ਹੈ, ਕਿਉਂ ਕਿਸੇ ਵੀ ਹਾਲ ਦੇ ਵਿੱਚ ਇਹਨਾਂ ਦਾ ਪ੍ਰੋਗਰਾਮ ਆਪਣੇ ਲਾਹੌਰ ਤੋਂ ਇਸਲਾਮਾਬਾਦ ਤੋਂ ਲਗਾ ਕੇ ਬਲੋਚਿਸਤਾਨ ਤੱਕ ਨਹੀਂ ਜਾਣ ਦੇਣਗੇ, ਕਿਉਂਕਿ ਉਹਨਾਂ ਨੂੰ ਪਤਾ ਇਹਨਾਂ ਨੇ ਜਿਹੋ ਜਿਹਾ ਕੁਛ ਕਰਨਾ ਉਹ। ਇਸ ਕਰਕੇ ਜਿਵੇਂ ਆਪਾਂ
नहीं चाहवांगे कि इस्लामाबाद का प्रोग्राम है जो कश्मीरी सुन जा साढ़े तो हैदराबाद के लोग सुन जा साढ़े होर गड़बड़ी वाले साम वर्गे इलाके सुन। इस करके उन्होंने भी जो उन्होंने हाथ जोर सीगा वो वरत लिया। इस करके मैं तय किया कि वो जो बलोच वाला प्रोग्राम शुरू तक ही होना सी इन्होंने जो उ चलते सी प्रोग्राम वो भी बंद करवा लिया। जी, बिल्कुल। बहुत बहुत थोड़ा धन्यवाद कर दिया मिंटू जी, तुसीं साडे नाल जुड़े, इन्हां खबरां बारे सानूं विस्तार दे विच जानकारियां दित्तियां। अगले मिंटू तक लई तुहाडा बहुत बहुत धन्यवाद, मेहरबानी, सति श्री अकाल। ते श्रोतो, इत्थे ही साडा अज दा प्रोग्राम आ हुण समाप्त हुंदा है। हुण मैनूं राजकनवीर सिंह नूं वी इजाजत दिओ, मेरे वल्लों वी आप सब नूं बहुत प्यार सतिकार सहित दोनों हाथ जोड़ के निघी जिही सति श्री अकाल। जिन्हें वास्ते रहो, हसदे खेलदे रहो ते सुणदे रहो पंजाबी रेडियो USA। We'll be right back.